ਸਾਸਤ੍ਰਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਮਹਾਂ ਬਰਨ ਕੌਰਮਾਨ ਪ੍ਰੋਗਰਾਮ ਕਰੰਟ ਨਿਊਜ਼ ਐਂਡ ਵਿਊਜ਼ ਮੈਂ ਸੰਜੀਵ ਯਸ਼ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ ਸੰਜੀਵ ਜੀ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਔਰ ਪਹਿਲੀ ਖਬਰ ਆਪਣੇ ਦਸ਼ਕਾ ਨੂੰ ਦੱਸਦੇ ਹਾਂ ਜਿਹੜੀ ਕਿ ਇੰਗਲੈਂਡ ਦੇ ਨਾਲ ਜੁੜੀ ਹੋਈ ਹੈ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੌਰੀਸ ਜੌਨਸਨ ਹੋਣਾ ਨੇ ਕਹਿ ਦਿੱਤਾ ਕਿ ਸਾਰੇ ਯਾਤਰੀਆਂ ਦੇ ਲਈ ਜਿਨ੍ਹਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਾ ਹੈ ਕੋਵਿਡ ਟੈਸਟ ਦੀ ਸ਼ਰਤ ਖਤਮ ਕਰ ਦਿੱਤੀ ਜਾਏਗੀ ਜੋ ਕਿ ਬਹੁਤ ਹੀ ਰਾਹਤ ਭਰੀ ਖਬਰ ਹੈ ਇਹਦੇ ਵਿੱਚ ਹਲੇ ਦੋ ਟੀਕੇ ਜ਼ਰੂਰੀ ਕੀਤੇ ਗਏ ਨੇ ਪਰ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਬੂਸਟਰ ਡੋਜ਼ ਆ ਉਹ ਵੀ ਲਾਗੂ ਆਪਾਂ ਕਰ ਸਕਦੇ ਹਾਂ ਪਰ ਫਿਲਹਾਲ ਹਲੇ ਦੋ ਟੀਕਿਆਂ ਦੀ ਸ਼ਰਤ ਜਿਹੜੀ ਹੈ ਉਹ ਲਾਜ਼ਮੀ ਆ ਬਿਲਕੁਲ ਜੋ ਵੀ ਉਹਨਾਂ ਦੇ ਰੂਲਸ ਨੇ ਜੋ ਵੀ ਉਹ ਰਿਲੈਕਸੇਸ਼ਨ ਦੇ ਰਹੇ ਨੇ ਕੁਝ ਕਨਸੀਡਰ ਕਰਕੇ ਰਿਲੈਕਸੇਸ਼ਨ ਦੇਣਗੇ ਕਿਉਂਕਿ ਬੂਸਟਰ ਨੂੰ 6 ਮੰਥਸ ਲੱਗ ਜਾਣੇ ਨੇ ਤਾਂ ਟਾਈਮ ਜ਼ਿਆਦਾ ਲੱਗਣਾ ਹੈ ਤਾਂ ਇਹਦੇ ਵਿੱਚ ਹਰ ਚੀਜ਼ ਆ ਜਾਂਦੀ ਹੈ ਦੇਖੋ ਬਰुण ਇਹਦੇ ਵਿੱਚ ਇਹ ਵੀ ਆਉਂਦਾ ਹੈ ਕਿ ਯਾਤਰੀਆਂ ਦੀ ਸੁਵਿਧਾ ਇਹਦੇ ਵਿੱਚ ਇਹ ਵੀ ਆਉਂਦਾ ਹੈ ਕਿ ਜੋ ਦੇਸ਼ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਟੂਰਿਸਟ ਆਉਣਗੇ ਪੈਸਾ ਲੈ ਕੇ ਆਉਣਗੇ ਕਿਉਂਕਿ ਟੂਰਿਸਟ ਤੋਂ ਜ਼ਿਆਦਾ ਇਨਕਮ ਹੁੰਦੀ ਹੈ ਨਾਲ ਦੀ ਨਾਲ ਕੁਝ ਸਟੂਡੈਂਟਸ ਵੀ ਨੇ ਨਾਲ ਦੀ ਨਾਲ ਇਹ ਵੀ ਹੁੰਦਾ ਹੈ ਕਿ ਸਾਡੀ ਇਕਨੋਮੀ ਵਾਸਤੇ ਸਾਨੂੰ ਵਧੀਆ ਸਟਾਫ ਚਾਹੀਦਾ ਜਿਹੜਾ ਕਿ ਟੈਕਨੀਕਲੀ ਬਿਲਕੁਲ ਸਟਰੋਂਗ ਹੋਵੇ ਇੰਡੀਆ ਦੇ ਸਟੂਡੈਂਟਸ ਦਾ ਬਹੁਤ ਜ਼ਿਆਦਾ ਏਸ਼ੀਅਨ ਬ੍ਰੇਨ ਤ ਸਾਰੇ ਜਾਣਦੇ ਆਪਾਂ ਸਾਰੇ ਜਾਣਦੇ ਆ ਤਾਂ ਇੰਡੀਆ ਦੇ ਜੋ ਸਟੂਡੈਂਟਸ ਨੇ ਟੈਕਨੀਕਲੀ ਪੜ੍ਹੇ ਸਾਊਂਡ ਨੇ ਤੇ ਕਈ ਵਾਰ ਜਾ ਕੇ ਅਸੀਂ ਦੇਖਦੇ ਆ ਕਿ ਉਹਨਾਂ ਦੀ ਇਕਨੋਮੀ ਨੂੰ ਵੀ ਬੂਸਟ ਮਿਲਦਾ ਹੈ ਔਰ ਅੱਜ ਮੈਜੋਰਿਟੀ ਆਫ ਨੇਸ਼ਨਸ ਦੇ ਵਿੱਚ ਅਸੀਂ ਦੇਖਦੇ ਆ ਸਾਡੇ ਇੰਡੀਅਨਸ ਕੰਮ ਕਰ ਰਹੇ ਨੇ ਔਰ ਵੱਡੀਆਂ-ਵੱਡੀਆਂ ਇੰਡਸਟਰੀਜ਼ ਦੇ ਵਿੱਚ ਵੱਡੇ-ਵੱਡੇ ਕਾਰਪੋਰੇਟਸ ਦੇ ਵਿੱਚ ਵੱਡੇ-ਵੱਡੇ ਅਹੁਦਿਆਂ ਤੇ ਕੰਮ ਕਰ ਰਹੇ ਨੇ ਕਈ ਥਾਵਾਂ ਦੇ ਦਾ ਦੇਸ਼ ਨੂੰ ਵੀ ਚਲਾ ਰਹੇ ਨੇ ਉੱਥੋਂ ਦੀ ਰਿਆਸਤ ਉੱਥੋਂ ਦੀ ਸਿਆਸਤ ਉਹਦਾ ਇੱਕ ਹਿੱਸਾ ਹੈ ਇੰਪੋਰਟੈਂਟ ਤਾਂ ਇਸ ਕਰਕੇ ਇਹ ਰਿਲੈਕਸੇਸ਼ਨ ਬਣਦੀਆਂ ਵੀ ਨੇ ਔਰ ਵਾਕਈ ਵੀ ਹਰ ਬੰਦਾ ਅਲਰਟ ਹੈ ਸਭ ਚਲਦੇ ਹੀ ਪਏ ਨੇ ਪ੍ਰੀਕਾਸ਼ਨਸ ਲੈ ਕੇ ਤਾਂ ਇਸ ਕਰਕੇ ਹਾਂ ਇਹ ਜ਼ਰੂਰੀ ਹੈ ਕਿ ਉਹਨਾਂ ਦੇ ਆਪਣੇ ਇੱਕ ਪ੍ਰੋਟੋਕੋਲ ਜ਼ਰੂਰ ਹੋਏਗਾ ਉਹਦੇ ਮੁਤਾਬਿਕ ਜ਼ਰੂਰ ਦੇਖਣਗੇ ਕਿ ਇਹ ਬੰਦਾ ਐਲੀਜੀਬਲ ਹੈ ਕਿ ਨਹੀਂ ਹੈ ਜੀ ਬਿਲਕੁਲ ਔਰ ਜਿਹੜੇ ਪ੍ਰੋਟੋਕੋਲ ਨੇ ਸਾਰੀਆਂ ਕੰਟਰੀਜ਼ ਦੇ ਵਿੱਚ ਇਸ ਟਾਈਮ ਚੱਲ ਰਹੇ ਆ ਜਿੱਥੇ ਵੀ ਤੁਸੀਂ ਜਾ ਰਹੇ ਹੋ ਔਰ ਏਅਰਲਾਈਨਸ ਵੀ ਕਾਫੀ ਮੁਨਾਫਾ ਕਮਾਰੀਆਂ ਨੇ ਕਾਫੀ ਮਹਿੰਗੀਆਂ ਟਿਕਟਾਂ ਜਿਹੜੀਆਂ ਇਸ ਟਾਈਮ ਉਹ ਸੇਲ ਕਰ ਰਹੀਆਂ ਨੇ ਫਿਲਹਾਲ ਇਤਨਾ ਗੱਲ ਹੋਈ ਵਿਦੇਸ਼ 'ਤੇ ਔਰ ਹੁਣ ਗੱਲ ਕਰਦੇ ਆਂ ਇੰਡੀਆ ਦੀ ਯਾਨੀ ਕਿ ਆਪਾਂ ਪੰਜਾਬ ਦੇ ਵੱਲ ਪਹੁੰਚਦੇ ਆਂ ਕਿਉਂਕਿ ਸਿਆਸਤ ਗਰਮ ਰਾਈ ਹੋਈ ਹੈ ਔਰ ਜਿੱਦਾਂ ਜਿੱਦਾਂ ਚੋਣਾਂ ਨੇੜੇ ਆ ਰਹੀਆਂ ਨੇ ਉਹ ਵੀ ਉਹ ਵੀ ਕੋਈ ਨਾ ਕੋਈ ਰੋਜ਼ ਨਵੀਆਂ-ਨਵੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਨੇ ਪਰ ਉਹਦੇ ਵੀ ਪਹੁੰਚਾਂਗੇ ਸਭ ਤੋਂ ਪਹਿਲਾਂ ਵਿਕਰਮਜੀਤ ਮਜੀਠੀਆ ਹੁਣਾਂ ਦੀ ਖਬਰ ਦੇ ਵੱਲ ਰੁੱਕ ਕਰਦੇ ਆਂ ਕਿਉਂਕਿ ਚੋਣਾ ਦੇ ਨਾਲ ਵੀ ਕਈ ਪਾਰਟੀਆਂ ਉਹਨਾਂ ਨੂੰ ਜੋੜ ਰਹੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵਿਕਰਮ ਮਜੀਠੀਆ ਦੇ ਇਸ ਕੇਸ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਬੜੀ ਆਗੂ ਨੇ ਨਾ ਉਹ ਵੱਡੇ ਆਗੂ ਨੇ ਕੋਈ ਛੋਟੀ ਹਸਤੀ ਨਹੀਂ ਹੈਗੇ ਵਿਕਰਮਜੀਤ ਸਿੰਘ ਮਜੀਠੀਆ ਔਰ ਉਹਨਾਂ ਦੀ ਜਿਹੜੀ ਐਂਟੀਸੀਪੇਟਰੀ ਬੇਲ ਵਾਸਤੇ ਅਪਲੀਕੇਸ਼ਨ ਸੀ ਉਹ ਰੱਦ ਹੋ ਗਈ ਹੈ ਸਿੰਗਲ ਬੈਂਚ ਹਾਈ ਕੋਰਟ ਨੇ ਦਦ ਕਰ ਦਿੱਤੀ ਹੈ ਉਹਨਾਂ ਕੋਲ ਲੀਗਲੀ ਦੋ ਆਪਸ਼ਨਸ ਬਚਦੇ ਆ ਜਾਂ ਤੇ ਫਿਰ ਡਬਲ ਬੈਂਚ ਚ ਕੋਲ ਜਾਣ ਜਾਂ ਫਿਰ ਸੁਪਰੀਮ ਕੋਰਟ ਜਾਣ ਉਹਨਾਂ ਦੇ ਵਕੀਲ ਦੇਖ ਰਹੇ ਨੇ ਕਿ ਕਿਹੜੀ ਆਪਸ਼ਨ ਜ਼ਿਆਦਾ ਵਧੀਆ ਰਹੇਗੀ ਪਰ ਜਿਹੜੀ ਸਿਆਸਤ ਦੀ ਗੱਲ ਹੈ ਨੈਚੁਰਲੀ ਉਹਦੇ ਉੱਤੇ ਤਾਂ ਅਸਰ ਪੈਣਾ ਹੀ ਹੈ ਕਿਉਂਕਿ ਅੱਜ ਤੋਂ ਨਾਮਜ਼ਦਗੀ ਸ਼ੁਰੂ ਹੋ ਰਹੀ ਹੈ ਤੁਸੀਂ ਆਪਣੇ ਪਰਚੇ ਭਰ ਸਕਦੇ ਹੋ ਜੋ 1 ਫੈਬਰੂਰੀ ਤੱਕ ਜਾਣੇ ਨੇ ਸੋ ਉਹਦੇ ਵਾਸਤੇ ਤੁਹਾਨੂੰ ਵਰਚੂਅਲੀ ਤਾਂ ਨਹੀਂ ਤੁਹਾਨੂੰ ਉੱਤੇ ਪ੍ਰੈਜ਼ੈਂਟ ਰਹਿਣਾ ਪਏਗਾ ਪਰ ਹੋ ਸਕਦਾ ਹੈ ਕਿ ਵਰਚੂਅਲੀ ਕਰ ਦਿੱਤਾ ਜਾਵੇ ਕਿਉਂਕਿ ਕੋਰੋਨਾ ਕਰਕੇ ਪਰ ਜਿਹੜਾ ਉਹਦੇ ਇੱਕ ਪ੍ਰੋਸੈਸ ਆਂਦਾ ਕਿ ਤੁਸੀਂ ਜਿਹੜੀ ਸੌਂ ਚੁੱਕਦੇ ਹੋ ਉਹ ਵੀ ਪੇਪਰ ਨਾਲ ਲੱਗਦਾ ਤੁਸੀਂ ਉਹਨਾਂ ਦੇ ਸਾਹਮਣੇ ਉਹਨਾਂ ਦੀ ਅਥਾਰਟिटीज ਦੇ ਸਾਹਮਣੇ ਸੌਂ ਚੁਕਣੀ ਹੁੰਦੀ ਹੈ ਦੋ ਦਿਨ ਗਵਾਹ ਵੀ ਚਾਹੀਦੇ ਨੇ ਪਰ ਜਿਸ ਤਰ੍ਹਾਂ ਹੁਣ ਸਾਰੀਆਂ ਗਤੀਵਿਧੀਆਂ ਹੋ ਰਹੀਆਂ SIT ਦੀ ਜਿਹੜੀ ਟੀਮ ਹੈ ਉਹਨਾਂ ਦੀਆਂ ਸਪੈਸ਼ਲ ਮੀਟਿੰਗਸ ਹੋ ਰਹੀਆਂ ਨੇ ਕਿ ਕਿਵੇਂ ਮਜੀਠੀਆ ਸਾਹਿਬ ਦੀ ਅਰੈਸਟ ਨੂੰ ਲੈ ਕੇ ਅੱਗੇ ਕਿਦਾਂ ਸਟ੍ਰੈਟਜੀ ਬਣਾਈ ਜਾਵੇ ਕਿਦਾਂ ਪਲੈਨਿੰਗ ਕੀਤੀ ਜਾਵੇ ਪਰ ਉਸ ਕੇਸ ਦੇ ਵਿੱਚ ਜੇ ਤੁਸੀਂ ਅੰਡਰ ਅਰੈਸਟ ਵੀ ਹੈਗੇ ਹੋ ਫਿਰ ਵੀ ਤੁਸੀਂ ਜੋ ਪੁਲਿਸ ਅਥਾਰਟिटीज ਨੇ ਉਹਨਾਂ ਦੇ ਸਾਹਮਣੇ ਤੁਸੀਂ ਸੌਂ ਚੁੱਕ ਸਕਦੇ ਹੋ ਹੁਣ ਇਹ ਕਿਦਾਂ ਬਣੇਗਾ ਅਗਲਾ ਸਮਾਂ ਇਹ ਤਾਂ ਨਹੀਂ ਪਤਾ ਉਹਨਾਂ ਦੀ ਗ੍ਰਿਫਤਾਰੀ ਕਿੱਦਾਂ ਹੁੰਦੀ ਆ ਜਾਂ ਉਹ ਕਿਸ ਤਰ੍ਹਾਂ ਮੂਵ ਕਰਦੇ ਨੇ ਨੋਬਾਡੀ ਨੋਜ਼ ਤੁਸੀਂ ਕਾਗਜ਼ ਭਰਨ ਦੀ ਗੱਲ ਕੀਤੇ ਹੈ ਕਾਗਜ਼ ਭਰਨ ਦੀ ਤਾਰੀਖ ਨੇੜੇ-ਨੇੜੇ ਆ ਰਹੀ ਹੈ ਪਰ ਹੱਲੇ ਵੀ ਕਾਂਗਰਸ ਦੇ ਵਿੱਚ ਸਹਿਮਤੀ ਨਹੀਂ ਬਣ ਰਹੀ ਕਦੇ ਨਵਜੋਤ ਸਿੰਘ ਸਿੱਧੂ ਹੁਣਾਂ ਦੇ ਤੇਵਰ ਗਰਮ ਹੋ ਜਾਂਦੇ ਹਰ ਵਾਰ ਦੀ ਤਰ੍ਹਾਂ ਤੇ ਕਦੇ ਫਿਰ ਚੰਨੀ ਹੁਣਾਂ ਦੀ ਜਿਹੜੀ ਗੱਲਬਾਤ ਹੈ ਉਹ ਨਹੀਂ ਰਲਦੀ ਸੋਨੀਆ ਗਾਂਧੀ ਜੀ ਦੇ ਸਾਹਮਣੇ ਵੀ ਮੀਟਿੰਗ ਫਿਕਸ ਕੀਤੀ ਗਈ ਪਰ ਉੱਤੇ ਚੰਨੀ ਸਾਹਿਬ ਨਹੀਂ ਪਹੁੰਚੇ ਕਹਿੰਦੇ ਜੀ ਮੇਰੇ ਮੋਬਾਈਲ ਦਾ ਨੈਟਵਰਕ ਨਹੀਂ ਮਿਲ ਰਿਹਾ ਕਿਉਂਕਿ ਵਰਚੁਅਲ ਮੀਟਿੰਗ ਹੋਣੀ ਸੀ ਪਰ ਮੋਬਾਈਲ ਦੇ ਨੈਟਵਰਕ ਤੇ ਅੱਜ ਹਰ ਥਾਂ ਤੇ ਮਿਲਦੇ ਨੇ ਚਲੋ ਖੈਰ ਕੋਈ ਵੀ ਕਾਰਨ ਹੋ ਸਕਦਾ ਹੈ ਕਿ ਉਹ ਸੋਨੀਆ ਗਾਂਧੀ ਜੀ ਨੇ ਕਿਹਾ ਕਿ ਠੀਕ ਹੈ ਜਦੋਂ ਸੀਐਮ ਸਾਹਿਬ ਇੱਥੇ ਹੈ ਨਹੀਂ ਤਾਂ ਫਿਰ ਆਪਾਂ ਗੱਲ ਕੀ ਕਰ ਸਕਦੇ ਆ ਤਾਂ ਇੱਕ ਸਬ ਕਮੇਟੀ ਬਣਾ ਦਿੱਤੀ ਗਈ ਹੈ। ਔਰ ਕਈ ਵਾਰ ਜਿਹੜੇ ਪੰਜਾਬ ਦੇ ਗਿਆਨੀ ਪੁਰਸ਼ ਨੇ ਜੋ ਸਿਆਸਤ ਦੇ ਗਿਆਨੀ ਨੇ ਉਹ ਸਬ ਕਮੇਟੀ ਨੂੰ ਕਹਿੰਦੇ ਨੇ ਸਭ ਮਿੱਟੀ ਮਤਲਬ ਕੋਈ ਫੈਸਲਾ ਨਹੀਂ ਹੋਣਾ ਮੀਟਿੰਗ ਦੇ ਵਿੱਚ ਉਹ ਸਭ ਮਾਮਲੇ ਲਟਕ ਗਏ। ਸੋ ਮੁੱਖੀ ਗੱਲ ਇਹ ਹੈ ਕਿ ਉਹਨਾਂ ਦੀ ਆਪਸ ਦੇ ਵਿੱਚ ਸਹਿਮਤੀ ਨਹੀਂ ਹੋ ਰਹੀ। 31 ਬੰਦਿਆਂ ਦੀ ਲਿਸਟ ਅਜੇ ਵੀ ਪੈਂਡਿੰਗ ਹੈ ਉਹਦੇ ਉੱਤੇ ਕੁਝ ਵੀ ਸ਼ਿਓਰ ਨਹੀਂ ਹੈ ਕਿ ਕੀ ਹੋਣਾ ਤੇ ਕੀ ਨਹੀਂ ਹੋਣਾ ਪਰ ਗੱਲ ਇਹ ਹੈ ਕਿ ਇਹਦੇ ਨਾਲ ਕਾਂਗਰਸ ਦੀ ਛਵੀ ਵਿਗੜੀ ਜ਼ਰੂਰ ਹੈ ਕਿਉਂਕਿ ਲੋਕਾਂ ਦੇ ਅੰਦਰ ਜੋ ਉਹਨਾਂ ਦੀ ਇਮੇਜ ਬਣ ਰਹੀ ਹੈ ਨਾ ਕਿ ਇਹਨਾਂ ਦੇ ਆਪਣੇ ਝਗੜੇ ਸੋਲਵ ਨਹੀਂ ਹੁੰਦੇ ਮੈਂ ਕਿੰਨੀ ਦੇਰ ਹੋ ਗਈ ਹੈ ਤਮਾਸ਼ਾ ਦੇਖਦੇ ਹਨ ਕੀ ਹੋਕ ਹੀ ਰਿਹਾ ਹੈ ਕਿਉਂਕਿ ਸਭ ਤੋਂ ਪੁਰਾਣੀ ਪਾਰਟੀ ਹੈ ਭਾਰਤ ਦੀ ਔਰ ਆਜ਼ਾਦੀ ਦੀ ਲੜਾਈ ਵੇਲੇ ਵੀ ਇਸ ਦਾ ਖਾਸ ਸਥਾਨ ਰਿਹਾ ਹੈ ਔਰ ਕਹਿੰਦੇ ਨੇ ਕਿ ਅੱਜ ਜਿੰਨੀਆਂ ਵੀ ਪਾਰਟੀਆਂ ਨੇ ਸਭ ਉਹਨਾਂ ਦੀ ਜੋ ਜਨਮਦਾਤੀ ਹੈ ਕਾਂਗਰਸ ਪਾਰਟੀ ਹੈ ਸਭ ਪੁਰਾਣੇ ਕਾਂਗਰਸੀ ਨੇ ਸਭ ਆਪਣੀਆਂ ਆਪਣੀਆਂ ਪਾਰਟੀਆਂ ਬਣਾ ਕੇ ਅਲੱਗ ਹੋ ਗਏ ਨੇ ਪਰ ਦੇਖੋ ਕੀ ਤਮਾਸ਼ਾ ਚੱਲਦਾ ਪਿਆ ਪਹਿਲੀ ਵਾਰੇ ਤਮਾਸ਼ਾ ਵੇਖਣ ਨੂੰ ਮਿਲਦਾ ਪਿਆ ਪੰਜਾਬ ਦੇ ਲੋਕਾਂ ਨੂੰ ਜੋ ਕਾਂਗਰਸ ਦੇ ਅੰਦਰ ਇਹ ਚੱਲਦਾ ਪਿਆ ਤਿੰਨ ਜਾਣਿਆਂ ਨੇ ਵਕਤ ਪਾਇਆ ਹੋਇਆ ਸਿੱਧੂ ਸਾਹਿਬ ਚੰਨੀ ਸਾਹਿਬ ਤੇ ਨਹੀਂ ਦੇਖੋ ਮਿਲਾਂਦੇ ਤੁਸੀਂ ਥੋੜਾ ਜਿਹਾ ਭੁੱਲ ਗਏ ਆ ਪਹਿਲਾਂ ਰਜਿੰਦਰ ਕੌਰ ਪਠੱਲ ਤੇ ਕੈਪਟਨ ਅਮਰਿੰਦਰ ਸਿੰਘ ਹੋਣਾਂ ਦੀ ਕਾਫੀ ਜ਼ਿਆਦਾ ਆਪਸ ਦੇ ਵਿੱਚ ਆਣ-ਵਣ ਰਹੀਦੀ ਸੀ ਉਦੋਂ ਵੀ ਰੋਜ਼ ਹਾਈ ਕਮਾਂਡ ਕੋਲ ਹੀ ਜਾਂਦੀ ਹੁੰਦੀ ਸੀ ਕਾਂਗਰਸ ਕਾਂਗਰਸ ਦੇ ਵਿੱਚ ਜਿਹੜੀ ਪੁਰਾਣੀ ਚੱਲੀ ਆ ਰਹੀ ਹੈ ਪਰ ਇਹ ਆ ਕਿ ਇਸ ਵਾਰ ਸਾਰੇ ਆਪਣੇ ਆਪਣੇ ਸਟੈਂਡ ਤੇ ਅੜੇ ਹੋਏ ਆ ਅੜੇ ਹੋਏ ਨੇ ਪਰ ਦੇਖੋ ਨਾ ਕਿਉਂਕਿ ਇਲੈਕਸ਼ਨਸ ਦਾ ਸਮਾਂ ਵੀ ਨਜ਼ਦੀਕ ਹੈ ਹਾਂ ਬਿਲਕੁਲ ਮੈਡਮ ਪੱਠਨ ਨੇ ਤਾਂ ਇਹ ਵੀ ਕਿਹਾ ਸੀਗਾ ਕਿ ਮੇਰੇ ਖਿਲਾਫ ਕੈਪਟਨ ਸਾਹਿਬ ਬਹੁਤ ਕੁਝ ਕਰ ਰਹੇ ਨੇ ਇਸ ਕਰਕੇ ਮੈਂ ਹਾਈ ਕਮਾਂਡ ਕੋਲ ਜਾਣੀ ਆ ਖੈਰ ਉਹ 2012 ਦੀਆਂ ਗੱਲਾਂ ਬਹੁਤ ਪੁਰਾਣੀਆਂ ਗੱਲਾਂ ਬੀਤ ਚੁੱਕੀਆਂ ਅੱਜ ਦੀ ਗੱਲ ਕਰੀਏ ਅੱਜ ਕਿਉਂਕਿ ਸਾਡਾ ਜੋ ਸਭ ਤੋਂ ਵੱਡਾ ਮੁੱਢ ਵੱਜਾ ਉਹ ਹੈ ਕਿਸਾਨੀ ਅੰਦੋਲਨ ਅਸੀਂ ਸਭ ਨੂੰ ਉਸੇ ਪੁਆਇੰਟ ਆਫ View ਨਾਲ ਦੇਖਦੇ ਆ ਕਿਉਂਕਿ ਸਭ ਨੂੰ ਬੋਲਣ ਦਾ ਹੱਕ ਮਿਲਿਆ ਸਭ ਨੂੰ ਪਤਾ ਲੱਗਾ ਕਿ ਅ ਨਾ ਕਿਵੇਂ ਜਿੱਤਣਾ ਕਿਉਂਕਿ ਅੱਜ ਤੱਕ ਸਾਨੂੰ ਇਹ ਹੀ ਸਿਖਾਇਆ ਗਿਆ ਜੋ ਤੁਹਾਨੂੰ ਸਿਹੈਸੀ ਮਾਹੌਲ ਮਿਲਦਾ ਜੋ ਤੁਹਾਨੂੰ ਆਰਥਿਕ ਮਾਹੌਲ ਮਿਲਦਾ ਜੋ ਤੁਹਾਨੂੰ ਸਮਾਜਿਕ ਮਾਹੌਲ ਮਿਲਦਾ ਉਹਦੇ ਮੁਤਾਬਿਕ ਤੁਸੀਂ ਚੱਲੋ ਆਵਾਜ਼ ਨਾ ਚੁੱਕੋ ਇਹਨੂੰ ਚੇਂਜ ਕਰਨ ਦੀ ਕੋਸ਼ਿਸ਼ ਨਾ ਕਰੋ ਪਰ ਸਾਡਾ ਸੱਭਿਆਚਾਰ ਕੀ ਆ ਕਿ ਅਸੀਂ ਹਮੇਸ਼ਾ ਅਨਿਆਏ ਦੇ ਖਿਲਾਫ ਲੜੇ ਹਾਂ ਔਰ ਜਿੱਤਦੇ ਹਾਂ ਖੜੇ ਹਾਂ ਅੜੇ ਹਾਂ ਉਹ ਸਾਨੂੰ ਸਿਖਾਇਆ ਕਿਸਾਨੀ ਅੰਦੋਲਨ ਨੇ ਤਾਂ ਉਸ ਸੰਦਰਭ ਦੇ ਵਿੱਚ ਅਸੀਂ ਅੱਜ ਦੀ ਸਾਰੀ ਯੁਵਾ ਪੀੜੀ ਦੇਖਦੇ ਪਏ ਆ ਕਿ ਸਾਨੂੰ ਕੀ ਚਾਹੀਦਾ ਇਸ ਕਰਕੇ ਇਹ ਹੁਣ ਸਮੀਕਰਨ ਬਿਲਕੁਲ ਬਦਲ ਗਏ ਨੇ ਅਸੀਂ ਇਸ ਨਜ਼ਰੀਏ ਨਾਲ ਦੇਖਾਂਗੇ ਕਿ ਕਾਂਗਰਸ ਦੇ ਅੰਦਰ ਕੀ ਰਫੜ ਚੱਲਦਾ ਪਿਆ ਤੁਹਾਡਾ ਆਪਣੇ ਮਾਮਲੇ ਨਿਪਟਾਓ ਤੇ ਲੋਕਾਂ ਨੂੰ ਦੱਸੋ ਕਿ ਕੌਣ ਬੰਦਾ ਮੈਦਾਨ ਚ ਆ ਰਿਹਾ ਹੈ ਕੌਣ ਨਹੀਂ ਆ ਰਿਹਾ ਤਾਂ ਕਿ ਲੋਕਿ ਆਪਣਾ ਮਨ ਬਣਾਉਣ ਕਿ ਕਿਹਨੂੰ ਵੋਟ ਪਾਉਣੀ ਕਿਹਨੂੰ ਨਹੀਂ ਪਾਉਣੀ ਇਦਾਂ ਤੇ ਲੋਕ ਕਨਫਿਊਜ਼ ਨੇ ਹੁਣ ਰੁਕ ਕਰਦੇ ਆ ਅਗਲੀ ਖਬਰ ਦੇ ਬਲ ਸੁਖਬੀਰ ਬਾਦਲ ਹੋਣੀ ਮੀਟਿੰਗ ਕਰ ਰਹੇ ਨੇ ਔਰ ਉਸ ਮੀਟਿੰਗ ਚ ਉਹ ਕਹਿੰਦੇ ਨੇ ਸਿਰਫ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀ ਦੁੱਖ ਤੇ ਦਰਦ ਸਮਝਦੀ ਆ ਬਾਕੀ ਤਾਂ ਸਾਰੇ ਬਾਹਰੋਂ ਆਏ ਹੋਏ ਆ ਹਾਂ ਇਹ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਸ਼ੁਰੂ ਤੋਂ ਚੱਲੀ ਆ ਰਹੀ ਹੈ ਤੇ ਪੰਜਾਬੀਆਂ ਦੇ ਨਾਲ ਖੜੀ ਆ ਪਰ ਲੋਕਾਂ ਦੇ ਵਿਚਾਰ ਕੁਝ ਹੋਰ ਬਣਦੇ ਨੇ ਕਿਉਂਕਿ ਜਿੱਦਾਂ ਮਜੀਠੀਆ ਸਾਹਿਬ ਦਾ ਕੇਸ ਆਇਆ ਹੈ ਔਰ ਬਾਰ ਬਾਰ ਡਰੱਗ ਮਾਫੀਆ ਇਹ ਸਾਰੀਆਂ ਗੱਲਾਂ ਆ ਰਹੀਆਂ ਨੇ ਖੈਰ ਇਹ ਇੱਕ ਬਾਕੀ ਇਨਕੁਆਇਰੀ ਦੀ ਗੱਲ ਹੈ ਜਿਹੜੀ ਕੋਰਟ ਦੇ ਵਿੱਚ ਪੈਂਡਿੰਗ ਆ ਪਰ ਸੁਖਬੀਰ ਬਾਜੇ ਦੀ ਜਿਹੜੀ ਗੱਲ ਸੁਣ ਕੇ ਕਈ ਲੋਕ ਇਸ ਗੱਲ ਨੂੰ ਸੋਚਦੇ ਵੀ ਨੇ ਕਿ ਵਾਕਈ ਪੁਰਾਣੀ ਪਾਰਟੀ ਹੈ ਪਰ ਜੋ ਪੁਰਾਣੀ ਲੀਡਰਸ਼ਿਪ ਸੀ ਅੱਜ ਜੋ ਲੀਡਰਸ਼ਿਪ ਵੇਖਣ ਨੂੰ ਨਹੀਂ ਮਿਲਦੀ ਆ ਵੱਡੇ ਬਾਦਲ ਸਾਹਿਬ ਜ਼ਰੂਰ ਉਤਰੇ ਨੇ ਇਸ ਵਾਰ ਚੋਣਾਂ ਦੇ ਵਿੱਚ ਖਾਸ ਕਰਕੇ ਸੁਖਬੀਰ ਬਾਜੇ ਨੂੰ ਕਾਫੀ ਜ਼ਿਆਦਾ ਉਹਨਾਂ ਦਾ ਸਹਾਰਾ ਵੀ ਹੈ ਬਾਕੀ ਐਸੀ ਪੰਜਾਬੀ ਵੀ ਸਮਝਦੇ ਆ ਕਿ ਸ਼ਾਇਦ ਕੋਈ ਨਾ ਕੋਈ ਰੂਪਰੇਖਾ ਬਦਲੇਗੀ ਹੁਣ ਇਹ ਪਤਾ ਨਹੀਂ ਕਿ ਉਹ ਕਿੰਨੇ ਕ ਐਕਟਿਵ ਰਹਿਣਗੇ ਚੋਣਾ ਜਿੱਤਣ ਤੋਂ ਬਾਅਦ ਜੇ ਜਿੱਤ ਜਾਂਦੇ ਨੇ ਤਾਂ ਜੇ ਅਕਾਲੀਜ਼ ਆਪਣੀ ਸਰਕਾਰ ਬਣਾਉਣ ਚ ਕਾਮਯਾਬ ਹੁੰਦੇ ਨੇ ਤਾਂ ਤਾਂ ਵੱਡੇ ਸਾਬ ਜੋ ਹੈਗੇ ਨੇ ਉਹਨਾਂ ਦਾ ਜਾਦੂ ਕਿੰਨਾ ਚੱਲੇਗਾ ਉਹ ਤਾਂ ਬਾਅਦ ਦੀ ਗੱਲ ਹੈ ਪਰ ਇਸ ਵਕਤ ਸਾਡੀ ਸਿਆਸੀ ਸੋਚ ਦਾ ਹਿੱਸਾ ਨਹੀਂ ਹੈ ਅਕਾਲੀ ਪਾਰਟੀ ਤੇ ਉਹਨਾਂ ਦਾ ਬਸਪਾ ਦੇ ਨਾਲ ਜਿਹੜਾ ਗੱਠਜੋੜ ਹੈ ਕਿਉਂਕਿ ਸਾਨੂੰ ਨਹੀਂ ਲੱਗਦਾ ਕਿ ਉਹ ਕੋਈ ਵੱਡੀ ਲਹਿਰ ਕੋਈ ਵੱਡੀ ਮੂਹਮ ਪੈਦਾ ਕਰ ਸਕਦੇ ਨੇ ਔਰ ਨਾਲ ਦੇ ਨਾਲ ਮਜੀਠੀਆ ਸਾਹਿਬ ਦੇ ਉੱਤੇ ਜਿਹੜਾ ਕੇਸ ਆ ਉਹ ਇੱਕ ਵੱਖਰੀ ਨੈਗੇਟਿਵ ਛਵੀ ਬਣਾਉਂਦਾ ਪਿਆ ਸ਼੍ਰੋਮਣੀ ਅਕਾਲੀ ਦਲ ਦੀ ਜਿਹੜਾ 10 ਸਾਲ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਰਾਜ ਕੀਤਾ ਉਸ ਦੌਰਾਨ ਜਿਹੜੀਆਂ ਗਲਤੀਆਂ ਹੋਈਆਂ ਉਹ ਲੋਕਾਂ ਦੇ ਮਨ ਚੋਂ ਹੱਲੇ ਮਿਟ ਨਹੀਂ ਰਹੀਆਂ ਲੋਕਾਂ ਦੇ ਮਨ ਦੇ ਉੱਤੇ ਬਹੁਤਾ ਅਸਰ ਨਹੀਂ ਹੋ ਰਿਹਾ ਤੇ ਖਾਸ ਤੌਰ ਤੇ ਮੇਰੇ ਹਿਸਾਬ ਦੇ ਨਾਲ ਮੈਨੂੰ ਇਦਾਂ ਲੱਗਦਾ ਕਿ ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਚਿਹਰਾ ਸੁਖਬੀਰ ਸਿੰਘ ਬਾਦਲ ਰਹਿੰਦੇ ਨੇ ਉਦੋਂ ਤੱਕ ਲੋਕਾਂ ਦੇ ਉੱਤੇ ਬਹੁਤਾ ਅਸਰ ਇਸ ਪਾਰਟੀ ਦਾ ਹੋਏਗਾ ਵੀ ਨਹੀਂ ਜਿੱਦਾਂ ਕਹਿੰਦੇ ਨਾ ਕਿ ਰਾਹੁਲ ਗਾਂਧੀ ਹੁਣਾਂ ਨੂੰ ਪਿੱਛੇ ਕੀਤਿਆਂ ਸ਼ਾਇਦ ਸੈਂਟਰ ਦੇ ਵਿੱਚ ਕਾਂਗਰਸ ਦਾ ਜਿਹੜਾ ਰੁਖ ਹੈ ਉਹ ਬਦਲ ਸਕੇ ਤੇ ਸ਼ਾਇਦ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਪਿੱਛੇ ਕੀਤਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਰੁਖ ਹੈ ਪੰਜਾਬ ਦੇ ਵਿੱਚ ਬਦਲ ਸਕਦਾ ਕਿਉਂਕਿ ਲੋਕ ਜਿਹੜੇ ਨੇ ਉਹ ਕਦੇ ਤਾਂ ਚਾਹੁੰਦੇ ਨੇ ਕਿ ਨੁਮਾਇੰਦਾ ਹਰੇਕ ਪਾਰਟੀ ਦਾ ਬਦਲੇ ਜਿੱਦਾਂ ਕੈਪਟਨ ਅਮਨਿੰਦਰ ਸਿੰਘ ਹੋਣਾ ਤੋਂ ਵੀ ਲੋਕ ਥੱਕ ਚੁੱਕੇ ਸੀਗੇ ਕਿ ਬਾਰ-ਬਾਰ ਉਹੀ ਚਿਹਰਾ ਦੋ ਵਾਰ ਪਰ ਪ੍ਰਕਾਸ਼ ਸਿੰਘ ਬਾਦਲ ਹੋਣਾ ਤੋਂ ਲੋਕ ਨਹੀਂ ਥੱਕੇ ਪੰਜ ਵਾਰ ਉਹਨਾਂ ਨੂੰ ਚਿਹਰਾ ਬਣਾਇਆ ਗਿਆ ਉਹਨਾਂ ਨੇ ਆਪਣੀ ਰੈਪਿਊਟੇਸ਼ਨ ਉਹਨਾਂ ਦੀ ਇਦਾਂ ਦੀ ਬਣੀ ਹੋਈ ਸੀ ਪਰ ਹੁਣ ਸੁਖਬੀਰ ਬਾਦਲ ਹੋਣਾ ਨੂੰ ਲੋਕ ਸ਼ਾਇਦ ਵਿਕਲਪ ਦੇ ਤੌਰ ਤੇ ਚਾਹੁੰਦੇ ਨੇ ਕਿ ਕਿਸੇ ਹੋਰ ਚਿਹਰੇ ਨੂੰ ਮੂਰੇ ਕੀਤਾ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਿਲਕੁਲ ਇਹ ਪਰਿਵਾਰ ਦੀ ਪਾਰਟੀ ਬਣ ਕੇ ਲੱਗਦੀ ਹੈ ਪਰਿਵਾਰਵਾਦ ਜਿਵੇਂ ਕਾਂਗਰਸ ਪਰਿਵਾਰ ਦੀ ਪਾਰਟੀ ਬਣ ਕੇ ਲੱਗਦੀ ਆ ਇਧਰ ਮਜੀਠੀਆ ਸਾਹਿਬ ਤੇ ਇਧਰ ਸੁਖਬੀਰ ਬਾਦ ਜੀ ਇਹ ਦੋਵੇਂ ਮਿਲ ਕੇ ਹੀ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪ੍ਰਮੁੱਖ ਚਿਹਰੇ ਨੇ ਅਕਾਲੀ ਦਲ ਦੇ ਹੋਰ ਕੋਈ ਚਿਹਰਾ ਸਾਹਮਣੇ ਨਹੀਂ ਆਉਂਦਾ ਹਾਲਾਂਕਿ ਅਨਾਉਂਸ ਕੀਤਾ ਇਹਨਾਂ ਨੇ ਕਿ ਜੇ ਜਿੱਤ ਜਾਂਦੇ ਆ ਸਰਕਾਰ ਬਣਾਉਣੇ ਆ ਤਾਂ ਉਪ ਮੁੱਖ ਮੰਤਰੀ ਇੱਕ ਦਲੇਦ ਚਿਹਰਾ ਹੋਏਗਾ ਪਰ ਉਹ ਬਾਅਦ ਦੀਆਂ ਗੱਲਾਂ ਨੇ ਫਿਲਹਾਲ ਤੇ ਤੁਸੀਂ ਦੋਵੇਂ ਪ੍ਰੋਜੈਕਟ ਹੋ ਰਹੇ ਹੋ ਸੁਭੀਰ ਬਾਦ ਜੀ ਆਪਣੀ ਗੱਲ ਕਰ ਰਹੇ ਨੇ ਮਜੀਠੀਆ ਸਾਹਿਬ ਦੇ ਵਿੱਚ ਜਿਹੜਾ ਪ੍ਰੋਬਲਮ ਆ ਗਈ ਹੈ ਉਹਨਾਂ ਦੇ ਕੈਰੀਅਰ ਦੇ ਵਿੱਚ ਉਹ ਉਹਨਾਂ ਨੇ ਦੇਖਣੀ ਹੈ ਤੇ ਆਪਣੀ ਤਰ੍ਹਾਂ ਨਾਲ ਨਜਿੱਠਣੀ ਹੈ ਪਰ ਹੁਣ ਅਸੀਂ ਕਾਂਗਰਸ ਦੀ ਜਿਹੜੀ ਗੱਲ ਤੁਸੀਂ ਛੇੜੀ ਹੈ ਰਾਹੁਲ ਗਾਂਧੀ ਦੀ 27 ਜਨਵਰੀ ਨੂੰ ਆ ਰਹੇ ਨੇ ਜਲੰਧਰ ਕਿਉਂਕਿ ਰੈਲੀ ਕਰਨੀ ਹੈ ਸਭ ਤੋਂ ਪਹਿਲਾਂ ਹਰਿਮੰਦਰ ਸਾਹਿਬ ਜਾਣਗੇ ਫਿਰ ਉਸ ਤੋਂ ਬਾਅਦ ਸਾਡੇ ਜੋ ਪ੍ਰਗਟ ਸਿੰਘ ਜੀ ਨੇ ਸਾਡੇ ਮੰਤਰੀ ਸਾਹਿਬ ਉਹਨਾਂ ਦੇ ਐਜੂਕੇਸ਼ਨ ਮਨਿਸਟਰ ਸਾਹਿਬ ਨੇ ਉਹਨਾਂ ਦੇ ਕੋਲ ਜਾਣਾ ਉਹਨਾਂ ਨੇ ਉਹਨਾਂ ਦੇ ਏਰੀਆ ਜਾਣਾ ਜਲੰਧਰ ਕੈਂਟ ਦੇ ਵਿੱਚ ਜਾ ਕੇ ਇੱਕ ਵਰਚੁਅਲ ਰੈਲੀ ਕਰਨਗੇ ਸਭ ਨੂੰ ਸੰਬੋਧਿਤ ਕਰਨਗੇ ਤੇ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ 300 ਤੋਂ ਵੱਧ ਬੰਦੇ ਨਹੀਂ ਹੋਣੇ ਚਾਹੀਦੇ ਜਾਂ 500 ਤੱਕ ਹੋਣੇ ਚਾਹੀਦੇ ਨੇ ਖੈਰ ਉਤਾ ਅਜੇ ਉਹਨਾਂ ਕੋਲ ਪਰਮਿਸ਼ਨ ਜਿੰਨਾ ਮਿਲਣਗੇ ਉਹਨਾਂ ਨੂੰ ਪਰ ਵਰਚੁਅਲ ਰੈਲੀ ਬਾਰੇ ਉਹ ਗੱਲ ਕਰ ਰਹੇ ਨੇ ਸੇਮ ਗੱਲ ਆ ਗਈ ਕਿ ਪਹਿਲਾਂ ਉਹ ਉੱਥੇ ਰਫੜ ਪਿਆ ਹੋਇਆ ਕਿ ਕਿਹੜਾ ਬੰਦਾ ਆਏਗਾ ਕਿਹੜਾ ਨਹੀਂ ਆਏਗਾ ਸਬ ਕਮੇਟੀ ਬਣ ਗਈ ਤੇ ਹੁਣ ਰਾਹੁਲ ਗਾਂਧੀ ਆ ਗਏ ਨੇ ਕਿਸ ਤਰ੍ਹਾਂ ਇਹ ਪੰਜਾਬ ਦੇ ਮਸਲੇ ਨੂੰ ਸੋਲਵ ਕਰਦੇ ਨੇ ਜਿਹੜਾ ਇਹ ਮਸਲਾ ਖੜਾ ਹੋਇਆ ਆਪਸੀ ਅੰਦਰੂਨੀ ਜਿਹੜੀ ਲੜਾਈ ਹੈ ਉਹਦਾ ਤੇ ਨਾਲ ਦੀ ਨਾਲ ਉਹ ਜਿਹੜੀਆਂ ਲਿਸਟਾਂ ਕੋਸ਼ਿਸ਼ ਕਰਦੀਆਂ ਨੇ ਕਿ ਕਿਹੜੇ ਕਿਹੜੇ ਕੈਂਡੀਡੇਟਸ ਹੋਣਗੇ ਉਮੀਦ ਕਰਦੇ ਆ ਕਿ ਰਾਹੁਲ ਦੀ ਵਿਜ਼ਿਟ ਤੋਂ ਬਾਅਦ ਕੁਝ ਨਾ ਕੁਝ ਚੀਜ਼ ਜ਼ਰੂਰ ਖੁੱਲੇਗੀ ਹੁਣ ਇਹ ਚੀਜ਼ ਦੇਖਣ ਵਾਲੀ ਆ ਕਿ ਉਹ ਕਿੰਨੇ ਇੱਕ ਜਾਦੂਗਰੀ ਆਪਣੀ ਸਪੀਚ ਦੇ ਵਿੱਚ ਲੈ ਕੇ ਆਉਂਦੇ ਨੇ ਕਿਉਂਕਿ 5 ਤਰੀਕ ਦੀ ਰੈਲੀ ਜੋ ਭਾਜਪਾ ਦੀ ਸੀ ਉਹ ਤੇ ਹੋ ਗਈ ਕੈਨਸਲ ਉਹ ਤਾਂ ਨਹੀਂ ਹੋ ਸਕੀ ਹੁਣ ਇੱਕ ਕਾਂਗਰਸ ਦੀ ਰੈਲੀ ਕੀ ਕਰਦੀ ਆ ਇਹ ਦੇਖਣ ਵਾਲੀ ਗੱਲ ਹੈ ਪੰਜਾਬ ਵਿਧਾਨ ਸਭਾ ਚੋਣਾਂ ਜਿਹੜੀਆਂ ਪਿਛਲੀਆਂ ਹੋਈਆਂ ਸਿਕੀਆਂ ਉਦੋਂ ਵੀ ਸਾਰੀਆਂ ਪਾਰਟੀਆਂ ਦਾ ਰਲ ਕੇ ਹੀ ਜ਼ੋਰ ਲੱਗਾ ਸੀਗਾ ਕਿ ਕਿਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਸੱਤਾ ਚ ਨਾਚਵੇ ਤੇ ਸਵਰਵੀ ਸਾਰਿਆਂ ਦਾ ਰਲ ਕੇ ਹੀ ਜੋਰ ਲੱਗਾ ਹੋਇਆ ਕਿ ਆਮ ਆਦਮੀ ਪਾਰਟੀ ਕਿਸੇ ਤਰ੍ਹਾਂ ਸੱਤਾ ਚ ਨਾ ਆਜਵੇ ਤੁਸੀਂ ਇਹ ਦੇਖੋ ਕਿ ਜਿਨ੍ਹਾਂ ਨੇ ਕਦੇ ਰਾਜ ਨਹੀਂ ਕੀਤਾ ਉਹਨਾਂ ਦੇ ਉੱਤੇ ਕਿੰਦਾ ਹਰੇਕ ਪਾਰਟੀਆਂ ਕਾਂਗਰਸੀ ਵੀ ਅਕਾਲੀ ਵੀ ਪੰਜਾਬ ਲੋਕ ਕਾਂਗਰਸ ਵੀ ਸਾਰੇ ਜਾਣੇ ਰਲ ਕੇ ਭਗਵਾਨਤਮਾਨ ਹੋਣਾਂ ਦੇ ਉੱਤੇ ਵਾਰ ਦੇ ਉੱਤੇ ਵਾਰ ਕਰ ਰਿਹਾ ਹਨਾ ਸ਼ਾਇਦ ਉਹਨਾਂ ਨੂੰ ਚੇਤਾ ਪਹਿਲਾਂ ਤਾਂ ਕਾਂਗਰਸ ਅਕਾਲੀਆਂ ਇੱਕ ਦੂਜੇ ਦੇ ਉੱਤੇ ਵਾਰ ਕਰਦੇ ਹੁੰਦੇ ਸੀ ਹੁਣ ਉਹ ਦੋਨੋਂ ਰਲ ਕੇ ਉਹਨਾਂ ਦੇ ਉੱਤੇ ਵਾਰ ਕਰ ਰਿਹਾ ਇਕੱਠੇ ਹੋ ਕੇ ਸੋ ਇਹ ਜਿਹੜੀ ਸੱਤਾ ਆ ਇਹ ਲੋਕਾਂ ਨੂੰ ਆਪਸ ਦੇ ਵਿੱਚ ਬਹੁਤ ਲੜਾਉਂਦੀ ਹੈ ਕਈ ਵਾਰੀ ਆਪਣੀ ਭਾਈਵਾਲੀ ਵੀ ਲੋਕ ਇਹਨਾਂ ਪਾਰਟੀਆਂ ਕਰਕੇ ਖਤਮ ਕਰ ਲੈਂਦੇ ਨੇ ਪਰ ਮੈਨੂੰ ਅਜੇ ਤੱਕ ਇਹ ਨਹੀਂ ਸਮਝ ਆਇਆ ਕਿ ਇਹਨਾਂ ਪਾਰਟੀਆਂ ਕਰਕੇ ਸੀ ਆਪਣੀ ਭਾਈਵਾਲੀ ਕਿਉਂ ਖਤਮ ਕਰਦੇ ਆ ਇਹਨਾਂ ਨੇ ਵੋਟਾਂ ਦੇ ਵਿੱਚ ਖੜਨਾ ਜਿੱਤਣਾ ਆਪਣੀਆਂ ਆਰਾਮ ਦੇ ਨਾਲ ਸੀਟਾਂ ਲੈਣੀਆਂ ਐਮਐਲਏ ਐਮਪੀ ਬਣ ਜਾਣਾ ਤੇ ਆਪਣੇ ਆਪਣੇ ਰਾਹੀ ਪੈ ਜਾਣਾ ਅਸੀਂ ਫਿਰ 5 ਸਾਲ ਇਹਨਾਂ ਨੂੰ ਲੱਭਣਾ ਹਾਂ ਕੁਝ 5-7 ਬੰਦੇ ਇਹਨਾਂ ਦੇ ਆਪਣੇ ਖਾਸ ਹੁੰਦੇ ਆ ਜਿਹੜੇ ਇਹਨਾਂ ਦੇ ਨਾਲ ਰਹਿੰਦੇ ਆ ਜਿਨ੍ਹਾਂ ਦਾ ਇਹ ਕੰਮ ਵੀ ਕਰਾਉਂਦੇ ਆ ਪਰ ਬਾਕੀ ਬੰਦਿਆਂ ਨੇ ਹੀ ਇੱਕ ਦੂਜੇ ਦੇ ਕੰਮ ਆਉਣਾ ਤੁਹਾਡੇ ਘਰ ਦੁੱਖ ਹੋਵੇ ਸੁੱਖ ਹੋਵੇ ਜਿਹੜੇ ਭਾਈਵਾਲੀ ਦੇ ਨਾਲ ਜਿਹੜੇ ਸ਼ਰੀਕੇ ਦੇ ਨਾਲ ਤੁਸੀਂ ਕਾਂਗਰਸ ਅਕਾਲੀਆਂ ਕਰਕੇ ਆਮ ਆਦਮੀ ਪਾਰਟੀ ਕਰਕੇ ਲੜ ਰਹੇ ਹੋ ਉਹਨਾਂ ਨੇ ਤੁਹਾਡੇ ਘਰ ਨਹੀਂ ਆਉਣਾ ਦੁੱਖ ਸੁੱਖ ਦੇ ਵੇਲੇ ਤੁਹਾਡੀ ਆਪਣਾ ਸ਼ਰੀਕਾ ਆਪਣਾ ਭਾਈਵਾਲ ਹੀ ਕੰਮ ਆਉਣੇ ਆ ਔਰ ਮੈਨੂੰ ਅੱਜ ਦਾਈ ਨਹੀਂ ਸਮਝ ਲੱਗਾ ਕਿ ਕਿਉਂ ਆਮ ਲੋਕ ਜਿਹੜੇ ਨੇ ਇਹਨਾਂ ਕਰਕੇ ਆਪਣੀਆਂ ਰਿਸ਼ਤੇਦਾਰੀਆਂ ਆਪਣੇ ਰਿਸ਼ਤੇ ਖਤਮ ਕਰਦੇ ਨੇ ਮੈਨੂੰ ਨਹੀਂ ਪਤਾ ਕਿ ਇੱਕ ਦੂਸਰੇ ਦੇ ਨਾਲ ਇੰਨਾ ਬੈਰ ਕਿਉਂ ਕਮਾ ਲੈਂਦੇ ਨੇ ਬਿਲਕੁਲ ਰਾਜਨੀਤੀ ਸਾਡੇ ਮਨ ਦੇ ਉੱਤੇ ਸਾਡੇ ਦਿਮਾਗ ਦੇ ਉੱਤੇ ਇੱਥੋਂ ਤੱਕ ਆ ਵੀ ਹੋ ਜਾਂਦੀ ਹੈ ਕਿ ਅਸੀਂ ਆਪਣੇ ਰਿਸ਼ਤੇ ਨਾਤੇ ਆਪਣੀ ਦੋਸਤੀਆਂ ਭੁੱਲ ਜਾਂਦੇ ਹਾਂ ਅਸੀਂ ਇਹਨਾਂ ਦੇ ਲੀਡਰਾਂ ਦੇ ਮਗਰ ਮਗਰ ਜਾਂਦੇ ਹਾਂ ਹਾਲਾਂਕਿ ਅੰਦਰੋਂ ਇੱਕੋ ਹੀ ਨੇ ਬਿਲਕੁਲ ਬਿਲਕੁਲ ਹੁਣ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਹੈ ਭਗਵੰਤ ਮਾਨ ਸਾਹਿਬ ਨੇ ਜਲੰਧਰ ਦੇ ਵਿੱਚ ਹੀ ਨਾਰਾ ਦਿੱਤਾ ਹੁਣ ਨਹੀਂ ਖਾਵਾਂਗੇ ਕੋਈ ਧੋਖਾ ਇਸ ਵਾਰ ਦੇ ਉਹ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਕਮੋਕਾ ਹੁਣ ਗੱਲ ਇਹ ਹੈ ਕਿ ਪਹਿਲਾਂ ਕਿਹੜਾ ਧੋਖਾ ਖਾਦਾ ਸੀ ਇਹ ਤਾਂ ਤੁਹਾਨੂੰ ਪਤਾ ਲੱਗੇ ਜੀ ਬਿਲਕੁਲ ਤੁਸੀਂ ਇਹ ਵੀ ਦੇਖੋ ਕਿ ਜਿੱਦਾਂ ਹੁਣ ਕਈ ਵਾਰੀ ਹੁੰਦਾ ਹੈ ਕਿ ਜੇ ਤੁਸੀਂ ਕਿਸੇ ਇੱਕ ਮੰਤਰੀ ਦੀ ਤਾਰੀਫ ਕਰਦੇ ਹੋ ਨੇ ਤੁਹਾਨੂੰ ਉਹਦੀ ਗੱਲ ਵਧੀਆ ਲੱਗੀ ਤੁਸੀਂ ਤਾਰੀਫ ਕਰ ਦਿੱਤੇ ਕੀ ਮਾੜਾ ਕੱਲ ਨੂੰ ਜੇ ਉਸੇ ਮੰਤਰੀ ਦੀ ਤੁਸੀਂ ਬੁਰਾਈ ਕਰਦੇ ਨੇ ਉਹ ਲੋਕ ਕਹਿੰਦੇ ਲੈ ਪਹਿਲਾਂ ਤਾਂ ਤਾਰੀਫਾਂ ਕਰਦੇ ਫਿਰਦੇ ਸੀ ਅੱਜ ਬੁਰਾਈਆਂ ਕਰਦੇ ਆ ਪਹਿਲਾਂ ਤਾਂ ਬੁਰਾਈਆਂ ਕਰਦੇ ਫਿਰਦੇ ਸੀ ਅੱਜ ਤਾਰੀਫਾਂ ਕਰਦੇ ਆ ਅਸਲ 'ਚ ਸਾਡੇ ਮਨਾਂ ਦੇ ਵਿੱਚ ਇਹ ਗੱਲ ਵੱੜ ਗਈ ਹੈ ਕਿ ਜੇ ਅਸੀਂ ਇੱਕ ਮੰਤਰੀ ਦੀ ਬੁਰਾਈ ਕਰਦੇ ਆ ਤਾਂ ਉਹਦੇ ਬੁਰਾਈ ਹੀ ਕਰਦੇ ਰਹਿਣਾ ਚਾਹੀਦਾ ਹੈ ਜੇ ਅਸੀਂ ਚੰਗਿਆਈ ਰਹਿਣਾ ਚਾਹੀਦਾ ਜੇ ਸਾਨੂੰ ਉਹਦੀ ਕੋਈ ਗੱਲ ਮਾੜੀ ਲੱਗਦੀ ਹੈ ਤੇ ਉਸ ਨੂੰ ਮਾੜਾ ਕਹਿਣ ਦੇ ਵੀ ਅਸੀਂ ਹੱਕ ਰੱਖਦੇ ਹਾਂ ਜੇ ਸਾਨੂੰ ਉਸ ਦੀ ਕੋਈ ਗੱਲ ਚੰਗੀ ਲੱਗਦੀ ਹੈ ਤਾਂ ਉਸ ਨੂੰ ਚੰਗਾ ਕਹਿਣ ਦਾ ਵੀ ਅਸੀਂ ਹੱਕ ਰੱਖਦੇ ਹਾਂ ਜ਼ਰੂਰੀ ਤਾਂ ਨਹੀਂ ਕਿ ਇੱਕ ਬੰਦੇ ਦੀ ਬੁਰਾਈ ਕਰੀ ਜਾਓ ਉਹਦੀ ਚੰਗਿਆਈ ਕਰੀ ਜਾਓ ਸਟੇਟਮੈਂਟਸ ਬਦਲ ਦੀਆਂ ਨੇ ਅਕੋਰਡਿੰਗ ਟੂ ਸਿਚੁਏਸ਼ਨ ਤੁਸੀਂ ਹਾਲਾਤ ਦੇਖਦੇ ਹੋ ਉਸ ਬੰਦੇ ਦੀ ਕਾਰਗੁਜ਼ਾਰੀ ਦੇਖਦੇ ਹੋ ਹੁਣ ਜਿੱਦਾਂ ਭਗਵੰਤ ਮਾਨ ਸਾਹਿਬ ਨਾਲ ਦੇ ਨਾਲ ਕੇਜਰੀਵਾਲ ਸਾਹਿਬ ਨੂੰ ਵੀ ਰੱਖਦੇ ਨੇ ਯਾਨੀ ਕਿ ਦੋਵੇਂ ਚੀਜ਼ਾਂ ਜ਼ਰੂਰੀ ਨੇ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਦੇ ਨਾਲ ਜ਼ਰੂਰੀ ਨੇ ਹੁਣ ਅੱਗੋਂ ਦੇਖਣ ਵਾਲ ਇਫ ਇਟ ਹੈਪਨਸ ਕਿ ਆਮ ਆਦਮੀ ਪਾਰਟੀ ਸੱਤਾ ਚ ਆ ਗਈ ਭਗਵੰਤ ਮਾਨ ਸੀਐਮ ਬਣ ਗਏਗੇ ਬੇਚੇਰਾ ਇਲਾਨੇ ਜਾ ਚੁੱਕੇ ਨੇ ਤਾਂ ਭਗਵੰਤ ਮਾਨ ਸਾਹਿਬ ਆਜ਼ਾਦ ਰੂਪ ਦੇ ਵਿੱਚ ਕੰਮ ਕਰ ਸਕਣਗੇ ਜਾਂ ਰਿਮੋਟ ਕੰਟਰੋਲ ਕੇਜਰੀਵਾਲ ਸਾਹਿਬ ਦੇ ਹੱਥ ਰਹੇਗਾ ਜਿਵੇਂ ਉਹ ਚਾਹਣਗੇ ਪੰਜਾਬ ਦੇ ਸੀਐਮ ਨੂੰ ਓਵੇਂ ਨਚਾਉਣਗੇ ਇਹ ਹੁਣ ਕੁਝ ਪਤਾ ਨਹੀਂ ਸੋ ਕੁਝ ਮਾਹਿਰ ਇਹ ਵੀ ਕਹਿੰਦੇ ਨੇ ਕਿ ਜੋ ਕੇਜਰੀਵਾਲ ਸਾਹਿਬ ਨੇ ਇਹਨਾਂ ਨੂੰ ਕਾਂਗਰਸ ਨੂੰ ਨਾਲ ਲੈਣਾ ਪਏਗਾ ਕਿਉਂਕਿ ਜੇ 2024 ਦੇ ਵਿੱਚ ਜਿਹੜੀਆਂ ਨੈਸ਼ਨਲ ਇਲੈਕਸ਼ਨਸ ਹੋਣੀਆਂ ਨੇ ਪ੍ਰਾਈਮ ਮਿਨਿਸਟਰਸ਼ਿਪ ਦੇ ਵਾਸਤੇ ਜੇ ਉੱਥੇ ਉਹਨਾਂ ਨੇ ਬੀਜੇਪੀ ਨੂੰ ਟੱਕਰ ਦੇਣੀ ਹੈ ਤੇ ਹੁਣ ਤੋਂ ਹੀ ਕਾਂਗਰਸ ਨੂੰ ਨਾਲ ਲੈ ਕੇ ਚੱਲਣਾ ਪਏਗਾ 2024 ਦੀਆਂ ਇਲੈਕਸ਼ਨਸ ਨੂੰ ਸਾਹਮਣੇ ਰੱਖਦੇ ਹੋਏ ਇਸ ਕਰਕੇ ਆਮ ਆਦਮੀ ਪਾਰਟੀ ਦਾ ਕਾਂਗਰਸ ਦੇ ਨਾਲ ਕਿਹੜਾ ਅੰਡਰਕਰੰਟ ਬਣੇਗਾ ਇਹ ਪਤਾ ਨਹੀਂ ਪਰ ਇਹ ਵੀ ਦੇਖਣ ਨੂੰ ਮਿਲਦਾ ਹਾਲਾਤਾਂ ਦੇ ਮੁਤਾਬਿਕ ਜਿਹੜੀ ਬੀਜੇਪੀ ਆ ਨਾਲ ਦੀ ਨਾਲ ਇਹ ਦੇਖਣ ਨੂੰ ਵੀ ਮਿਲਦਾ ਕਿ ਜੋ ਬੀਜੇਪੀ ਹੈ ਤੇ ਨਾਲ ਨਾਲ ਅਕਾਲੀ ਪਾਰਟੀ ਦੋਵਾਂ ਦਾ ਆਪਸ ਵਿੱਚ ਗੱਠ ਜੋੜ ਸੀ। ਮਾਹਿਰ ਮੰਦਨੇ ਕਹਿੰਦਾ ਨੇ ਇਕੱਠੇ ਹੋ ਜਾਣਾ ਸੀ ਇਸ ਵਾਰ ਵੀ ਪਰ ਰਣਨੀਤੀ ਵੱਖੋ ਵਕਰੀ ਹੈ ਪਰ ਅੰਡਰਗ੍ਰਾਉਂਡ ਮਿਲਦਾ ਹੈ। ਹੋ ਸਕਦਾ ਇੱਕ ਦੂਜੇ ਨੂੰ ਅੰਦਰੋਂ ਸਪੋਰਟ ਕਰਦੇ ਹੋਣ। ਗੱਲ ਇਹ ਹੈ ਉੱਤੋਂ ਵੱਖੋ ਵੱਖ ਲੱਗਦੇ ਨੇ ਪਰ ਅੰਦਰੋਂ ਸਭ ਮਿਲੇ ਹੋਏ ਨੇ ਅੰਦਰੋਂ ਸਭ ਦਾ ਅੰਡਰਗ੍ਰਾਉਂਡ ਚੱਲ ਰਿਹਾ ਹੈ। ਹੁਣ ਇਹ ਕਿਸ ਰੂਪ ਦੇ ਵਿੱਚ 10 ਮਾਰਚ ਨੂੰ ਬਾਹਰ ਨੂੰ ਆਏਗਾ ਇਹ ਉਦੋਂ ਪਤਾ ਲੱਗੂ ਜਦੋਂ ਇਲੈਕਸ਼ਨਸ ਦੇ ਸਾਰੇ ਰਿਜ਼ਲਟ ਆਉਣਗੇ। ਸੋ ਆਮ ਆਦਮੀ ਪਾਰਟੀ ਭਗਵੰਤ ਮਾਨ ਸਾਹਿਬ ਜ਼ਰੂਰ ਸਾਡੇ ਚਿਹਰੇ ਬਣ ਚੁੱਕੇ ਨੇ ਸੀਐਮ ਦੇ ਪਰ ਜਿੱਤਣ ਤੋਂ ਬਾਅਦ ਹੋ ਸਕਦਾ ਹੈ ਕਿ ਪਿੱਛੋਂ ਕੇਜਰੀਵਾਲ ਸਾਹਿਬ ਵੀ ਸਾਰੀ ਗੇਮ ਘੁਮਾਉਣ ਕਿਉਂਕਿ ਪਰਦੇ ਦੇ ਪਿੱਛੇ ਰਹਿ ਕੇ ਰਿਮੋਟ ਉਹਨਾਂ ਦੇ ਹੱਥ 'ਚ ਰਹਿੰਦਾ ਤਾਂ ਫਿਰ ਇੱਕ ਕਟਪੁਤਲੀ ਹੋਣਗੇ ਇੱਕ ਪਪੇਟ ਹੋਣਗੇ ਔਰ ਦਿੱਲੀ ਦੀ ਸਰਕਾਰ ਕਿਹੜੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਉੱਤੇ ਕਾਬਜ਼ ਹੈ ਉਹ ਕਿੱਦਾਂ ਚਲਾਏਗੀ ਪੰਜਾਬ ਨੂੰ ਇਹ ਹੁਣ ਉਹਨਾਂ ਦੇ ਉੱਤੇ ਡਿਪੈਂਡ ਕਰਦਾ ਤਾਂ ਕਿਤੇ ਨਾ ਕਿਤੇ ਜਾ ਕੇ ਫਿਰ ਉਹ ਸੁਖਬੀਰ ਬਾਦਲ ਦੀ ਗੱਲ ਯਾਦ ਆ ਜਾਂਦੀ ਆ ਕਿ ਉਹ ਜਿਵੇਂ ਕਹਿੰਦੇ ਨੇ ਕਿ ਅਕਾਲੀ ਪਾਰਟੀ ਤੁਹਾਡੀ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਬਾਕੀ ਸਾਰੇ ਬਾਹਰ ਦੇ ਨੇ ਇਸਕਾ ਕਿ ਉਹਨਾਂ ਦੇ ਵਿਸ਼ਵਾਸ ਨਾ ਕਰੋ ਅਕਾਲੀ ਪਾਰਟੀ ਤੇ ਵਿਸ਼ਵਾਸ ਕਰੋ ਅੱਜ ਦੀ ਸਿਚੁਏਸ਼ਨ ਦੀ ਗੱਲ ਕਰੀਏ ਤਾਂ ਹੁਣ ਜਿਹੜੀ ਵੀ ਪਾਰਟੀ ਲੋਕ ਤੀਜੀ ਧਿਰ ਦੇ ਰੂਪ ਦੇ ਵਿੱਚ ਦੇਖਦੇ ਨੇ ਜੋਸ਼ ਰੋਮਣੀ ਅਕਾਲੀ ਦਲ ਪਾਜਪਾਤ ਜਾਂ ਫਿਰ ਕਾਂਗਰਸ ਦੇ ਨਾਲ ਗੱਠ ਜੋੜ ਕਰਦੀ ਹੈ ਫਿਰ ਲੋਕ ਉਸ ਨੂੰ ਤੀਜੀ ਧਿਰ ਦੇ ਰੂਪ ਦੇ ਵਿੱਚ ਨਹੀਂ ਦੇਖਦੇ ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਨਾ ਸ਼ਾਇਦ ਕਾਂਗਰਸ ਤੇ ਆਮ ਆਦਮੀ ਪਾਰਟੀ ਆਪਸ ਦੇ ਵਿੱਚ ਗੱਠ ਜੋੜ ਕਰ ਲਵੇ 2024 ਤੱਕ ਦੇਖੋ ਕੀ ਰੁਖ ਹੁੰਦਾ ਪਰ ਫਿਲਹਾਲ ਹੱਲੇ ਤੱਕ ਤਾਂ ਲੋਕ ਬਿਲਕੁਲ ਨਹੀਂ ਚਾਣਗੇ ਕਿ ਆਮ ਆਦਮੀ ਪਾਰਟੀ ਦਾ ਕਿਸੇ ਹੋਰ ਪਾਰਟੀ ਦੇ ਨਾਲ ਗੱਠ ਜੋੜ ਹੋਵੇ ਸੰਯੁਕਤ ਸਮਾਜ ਮੋਰਚੇ ਦਾ ਕਿਸੇ ਹੋਰ ਪਾਰਟੀ ਦੇ ਨਾਲ ਗੱਠ ਜੋੜ ਹੋਵੇ ਕਿਉਂਕਿ ਮੁੜ ਕੇ ਫਿਰ ਉਹੀ ਸਾਰੇ ਬੰਦੇ ਇੱਧਰ ਆ ਜਾਣੇ ਫਿਰ ਲੋਕਾਂ ਨੂੰ ਇੱਕ ਨਵਾਂ ਵਿਕਲਪ ਹੀ ਨਹੀਂ ਮਿਲਣਾ ਬਿਲਕੁਲ ਸਹੀ ਦੇ ਸਮਾਜ ਮੋਰਚਾ ਦੇ ਨਾਲ CPIVI ਆ ਪਰ ਉਹ ਇਸ ਗੱਲ ਦੇ ਉੱਤੇ ਨੇ ਕਿ ਅਸੀਂ ਆਪਣੇ ਚੋਣ ਨਿਸ਼ਾਨ ਉੱਤੇ ਹੀ ਚੋਣ ਲੜਨੀ ਆ ਕਿਉਂਕਿ ਕਿਸੇ ਨਾ ਕਿਸੇ ਗੱਲ ਕਰਕੇ ਉਹ ਇਹ ਵੀ ਚਾਹੁੰਦੇ ਨੇ ਕਿ ਇਹ ਇੱਕ ਨਵੇਂ ਲੋਗ ਨੇ ਪਰ ਸਟੱਡੀ ਦੇ ਬੇਸ ਤੇ ਦੇਖੋ ਇਹੜੇ ਕਮਿਊਨਿਸਟ ਨੇ ਉਹ ਇੰਨੇ ਜ਼ਿਆਦਾ ਪੜੇ ਲਿਖੇ ਨੇ ਕਿ ਜੇ ਇੱਕ ਬੰਦਾ ਵੀ ਉਹਨਾਂ ਦਾ ਚੁਣਿਆ ਜਾਵੇ ਨਾ ਆ ਜਾਵੇ ਕਿਤੇ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਇੱਕ ਬੰਦਾ ਹੀ ਵਕਤ ਭਾਈ ਰੱਖਦਾ ਕਿਉਂਕਿ ਉਹਨਾਂ ਨੂੰ ਇੰਨੀ ਜ਼ਿਆਦਾ ਨੋਲੇਜ ਹੈ ਔਰ ਇੰਨੀ ਜ਼ਿਆਦਾ ਸਟੱਡੀ ਕਰਕੇ ਉਹਨਾਂ ਨੇ ਪ੍ਰਸ਼ਨ ਤੇ ਪ੍ਰਸ਼ਨ ਪ੍ਰਸ਼ਨ ਤੇ ਪ੍ਰਸ਼ਨ ਖੜੇ ਕਰ ਦਿੰਦੇ ਨੇ ਰਾਜੀਵਾਲ ਸਾਹਿਬ ਵੀ ਬਹੁਤ ਇੰਟੈਲੀਜੈਂਟ ਨੇ ਬਹੁਤ ਪੜੇ ਲਿਖੇ ਨੇ ਐਸੀ ਗੱਲ ਨਹੀਂ ਹੈ ਹੁਣ ਇਹ ਸੀਪੀਆਈ ਤੇ ਨਾਲ ਸੰਯੁਕਤ ਸਮਾਜ ਮੋਰਚਾ ਇਹ ਦੋਵੇਂ ਕਿਤੇ ਨਾ ਕਿਤੇ ਜਦੋਂ ਇਕੱਠੇ ਆਉਂਦੇ ਲੱਗਦੇ ਨੇ ਦੇਖੋ ਇਹ ਕੀ ਜਾਦੂ ਕਰਦੇ ਨੇ ਨਾਲ ਦੀ ਨਾਲ ਜਦੋਂ ਅਸੀਂ ਕੈਪਟਨ ਸਾਹਿਬ ਦੀ ਗੱਲ ਕਰੀਏ ਉਹਨਾਂ ਦੇ ਨਾਲ ਵੀ ਅਲਾਈਅንስ ਹੋ ਰਹੀ ਆ ਬੀਜੇਪੀ ਦੇ ਲੋਕ ਨੇ ਪਰ ਉੱਥੇ ਵੀ ਇੱਕ ਗੱਲ ਹੈ ਉਹ ਕਹਿੰਦੇ ਨੇ ਕਿ ਅਸੀਂ ਚੋਣ ਲੜਾਂਗੇ ਤਾਂ ਆਪਣੇ ਚੋਣ ਨਿਸ਼ਾਨ ਤੇ ਲੜਾਂਗੇ ਅਸੀਂ ਤੁਹਾਡੇ ਨਾਲ ਅਲਾਈਅንስ ਜ਼ਰੂਰ ਕਰ ਰਹੇ ਆ ਪਰ ਮੈਂ ਕਮਲ ਦੇ ਫੁੱਲ ਦੇ ਉੱਤੇ ਹੀ ਲੜਾਂਗਾ ਕਿਉਂਕਿ ਤੁਹਾਡੀ ਜਿਹੜੀ ਹਾਕੀ ਤੇ ਇਹ ਬਾਲ ਹੈ ਇਹਨੂੰ ਲੋਕ ਜ਼ਿਆਦਾ ਜਾਣਦੇ ਨਹੀਂ ਤੁਸੀਂ ਆਪਣਾ ਗੇਮ ਖੇਡੋ ਪਰ ਸਾਡੀ ਗੇਮ ਆਪਣੇ ਚੋਣ ਨਿਸ਼ਾਨ ਤੇ ਚੱਲੂਗੀ ਇਹ ਬੜੀ ਜੋ ਰਣਨੀਤੀ ਚੱਲ ਰਹੀ ਹੈ ਨਾ ਰਾਜਨੀਤੀ ਦੇ ਵਿੱਚ ਇਸ ਵਕਤ ਇਹ ਚੱਲਦੀ ਪਈ ਹੈ ਇੱਕ ਤਾਂ ਹੈਗੀ ਆ ਪ੍ਰੀ ਇਲੈਕਸ਼ਨਸ ਜਿਹੜੀ ਸਾਰੀ ਸਟਰੈਟਜੀ ਬਣਦੀ ਇੱਕ ਪੋਸਟ ਇਲੈਕਸ਼ਨਸ ਬਣਦੀ ਆ ਕਿ ਇਸ ਵਾਰ ਜਿਵੇਂ ਹੁਣ ਬੀਜੇਪੀ ਦੀ ਸਟਰੈਟਜੀ ਆ ਕਿ ਤੁਸੀਂ ਲੋਕ ਆਪਣੀ ਆਪਣੀਆਂ ਪਾਰਟੀਆਂ ਚ ਰਹਿ ਕੇ ਆਪਣੇ ਆਪਣੇ ਚੋਣ ਨਿਸ਼ਾਨ ਦੇ ਉੱਤੇ ਤੁਸੀਂ ਲੜੋ ਚੋਣ ਪਰ ਜਦੋਂ ਚੋਣ ਜਿੱਤ ਜਾਓਗੇ ਉਦੋਂ ਟੁੱਟ ਕੇ ਆਪਣੇ ਬੰਦੇ ਲੈ ਕੇ ਸਾਡੀ ਝੋਲੀ ਚਾ ਕੇ ਡਿੱਗ ਪਈਓ ਅਸੀਂ ਤੁਹਾਨੂੰ ਆਪਣੇ ਨਾਲ ਸਮੇਟ ਲਵਾਂਗੇ ਇਧਰੋਂ ਸਰਕਾਰ ਬਣਾਵਾਂਗੇ ਕਿਉਂਕਿ ਇਸ ਵਕਤ ਕਿਤੇ ਵੀ ਇਹ ਸਿਚੁਏਸ਼ਨ ਨਹੀਂ ਬਣਦੇ ਪਈ ਕਿ ਕੌਣ ਕਿੰਨੀਆਂ ਵੋਟਾਂ ਲਾਊਗਾ ਇਸੋਕ ਸਿਚੁਏਸ਼ਨ ਨਹੀਂ ਬਣਦੀ ਪਈ ਹੈ ਕੌਣ ਕਿਦਿਆਂ ਵੋਟਾਂ ਕਿੰਨੀਆਂ ਤੋੜੂਗਾ ਤਾਂ ਇੱਕ ਅਲੱਗ ਜਿਹੀ ਰਣਨੀਤੀ ਬਣਦੀ ਪਈ ਆ ਸਰਵੇਜ਼ ਕਹਿੰਦੇ ਨੇ ਕਿ ਸਭ ਤੋਂ ਜ਼ਿਆਦਾ ਵੋਟਾਂ ਲੈਗੀ ਆਮ ਆਦਮੀ ਪਾਰਟੀ ਨਾਲ ਹੀ ਕੰਪੇਟਿਟਿਵਲੀ ਲੈਗੀ ਅਕਾਲੀ ਪਾਰਟੀ ਨਾਲ ਹੀ ਆਏਗੀ ਕਾਂਗਰਸ ਪਾਰਟੀ ਤਿੰਨਾਂ ਨੂੰ ਤਿੰਨ ਤਿੰਨ ਹਿੱਸੇ ਦਿੰਦੇ ਪਏ ਨੇ ਹੁਣ ਕੀ ਇਹ ਤਿੰਨਾਂ ਨੂੰ ਮਿਲਾ ਕੇ ਅਸੀਂ ਸਰਕਾਰ ਬਣਾਉਣੀ ਹੈ ਪਰ ਜੇ ਦੋ ਜਾਣੇ ਮਿਲਣਗੇ ਤਾਂ 1/3 ਲੈ ਜਾਂਦੇ ਨੇ ਤਾਂ ਹੋ ਸਕਦਾ ਕਿ ਉਹ ਵੀ ਮਿਲ ਕੇ ਸਰਕਾਰ ਬਣਾਉਣ ਇਸ ਕਰਕੇ ਸਮੀਕਰਨ ਕੁਝ ਪਤਾ ਨਹੀਂ ਲੱਗਦੇ ਪਏ ਜ਼ਿਆਦਾਤਰ ਇਹੀ ਚਾਂਸਸ ਬਣਦੇ ਪਏ ਨੇ ਕਿ ਇੱਕ ਮਿਲਗੋਬਾ ਬਣਦਾ ਹੈ ਉਨ ਦੇਖੋ ਅੱਗੇ ਕੀ ਬਣਦਾ ਤੁਸੀਂ এডਿਕੇਸ਼ਨ ਦੀ ਗੱਲ ਕੀਤੀ ਆ ਤੇ ਪ੍ਰਕਾਸ਼ ਸਿੰਘ ਬਾਦਲ ਹੋਣੀ ਲਾਹੌਰ ਤੋਂ ਗ੍ਰੈਜੂਏਟ ਨੇ ਕੈਪਟਨ ਅਮਰਿੰਦਰ ਸਿੰਘ ਹੋਣੀ ਮਿਲਟਰੀ ਤੋਂ ਪੜੇ ਹੋਏ ਨੇ ਸੁਖਬੀਰ ਬਾਦਲ ਨੇ ਫੌਰਨ ਦੇ ਵਿੱਚ ਸਟੱਡੀ ਕੀਤੀ ਹੋਈ ਹੈ ਕਿਉਂਕਿ ਐਜੂਕੇਸ਼ਨ ਦੇ ਬਿਨਾ ਤਾਂ ਅੱਜ ਦੀ ਤਰੀਕ ਤੇ ਵਿੱਚ ਕੋਈ ਵੀ ਨੇਤਾ ਕਾਮਯਾਬ ਨਹੀਂ ਹੈ ਭਗਵਾਨਤਮਨ ਹੋਣੀ ਵੀ ਗ੍ਰੈਜੂਏਟ ਨੇ ਸੋ ਘੱਟੋ ਘੱਟ ਗ੍ਰੈਜੂਏਸ਼ਨ ਤਾਂ ਅੱਜ ਦੀ ਤਰੀਕ ਚ ਮੈਕਸਿਮਮ ਨੇਤਾ ਦੀ ਹੈਗੀ ਆ ਔਰ ਲੋਕ ਵੀ ਚਾਹੁੰਦੇ ਨੇ ਕਿ ਪੜੇ ਲਿਖੇ ਜਿਹੜੇ ਨੁਮਾਇੰਦੇ ਆ ਉਹੀ ਸਾਡੇ ਤੇ ਰਾਜ ਕਰਨ ਪਰ ਗੱਲ ਇਹ ਹੈ ਕਿ ਸ਼ਾਇਦ ਇਕੱਲੇ ਪੜੇ ਲਿਖੇ ਹੋਣ ਦੇ ਨਾਲ ਨਾਲ ਤੁਹਾਨੂੰ ਰਾਜਨੀਤਿਕ ਸੂਝ-ਬੂਝ ਹੋਣੀ ਵੀ ਬਹੁਤ ਜ਼ਰੂਰੀ ਹੈ ਅੱਜ ਦੀ ਤਰੀਕ ਤੇ ਵਿੱਚ ਬਿਲਕੁਲ ਅਲਬਰਟ ਆਈਨਸਟਾਈਨ ਜੋ ਫੇਮਸ ਸਾਇੰਟਿਸਟ ਨੇ ਉਹਨਾਂ ਨੇ ਕਿਹਾ ਸੀ এডੂਕੇਸ਼ਨ ਬਾਰੇ ਕਿ এডੂਕੇਸ਼ਨ ਹੁੰਦੀ ਕੀ ਹੈ ਜੋ ਤੁਸੀਂ ਭੁੱਲ ਗਏ ਹੋ ਉਹ ਤਾਂ ਗਈ ਜੋ ਤੁਹਾਨੂੰ ਚੇਤੇ ਆ ਉਹ ਤੁਹਾਡੀ এডੂਕੇਸ਼ਨ ਹੈ ਉਹ ਜਿਹੜੀ ਚੇਤੇ ਆ ਉਹ ਕੀ ਹੈ ਤੁਹਾਡਾ ਐਟੀਟਿਊਡ এডੂਕੇਸ਼ਨ ਤੁਹਾਡੀ ਐਟੀਟਿਊਡ ਆ ਕਿ ਤੁਸੀਂ ਬਣੇ ਕੀ ਹੋਏ ਹੋ ਤੁਹਾਡਾ ਅੰਦਰ ਦਾ ਸ਼ਿੰਗਾਰ ਕੀ ਆ ਤੁਹਾਡੀ ਸੋਚ ਕੀ ਆ ਤੁਹਾਡਾ ਨਜ਼ਰੀਆ ਕੀ ਆ ਐਜ਼ ਅ ਪਰਸਨ ਤੁਸੀਂ ਕਿਦਾਂ ਦੇ ਇਨਸਾਨ ਐਜੂਕੇਸ਼ਨ ਇਜ਼ ਯੋਰ ਐਟੀਟਿਊਡ ਤਾਂ ਐਟੀਟਿਊਡ ਕਿਦਾ ਕਿਦਾਂ ਦਾ ਹੈ ਜ਼ਰੂਰੀ ਨਹੀਂ ਕਿ ਕੋਈ ਫੋਰਨ ਤੋਂ ਜਾ ਕੇ ਵੱਡੀਆਂ ਵੱਡੀਆਂ ਡਿਗਰੀਆਂ ਲੈ ਕੇ ਆਇਆ ਜ਼ਰੂਰੀ ਨਹੀਂ ਕਿ ਕੋਈ ਪੀ ਐਚ ਡੀ ਕਰਕੇ ਆਇਆ ਜ਼ਰੂਰੀ ਨਹੀਂ ਕਿ ਕੋਈ ਕਾਲਜ ਵੀ ਗਿਆ ਹੈ ਕਿ ਨਹੀਂ ਗਿਆ ਲੇਕਿਨ ਇੱਕ ਇਨਸਾਨ ਦੇ ਤੌਰ ਤੇ ਤੁਸੀਂ ਕਿੰਨੇ ਕੁ ਤਿਆਰ ਹੋ ਅੰਦਰੋਂ ਇੱਕ ਹੁੰਦਾ ਪੜਿਆ ਹੋਇਆ ਇੱਕ ਹੁੰਦਾ ਗੁੱਜਿਆ ਅੰਦਰੋਂ ਕਿੰਨੇ ਸੁਖਵੀਰ ਬਾਦਲ ਹੁਣਾਂ ਦੀ ਐਮ ਬੀ ਏ ਦੀ ਡਿਗਰੀ ਫੋਰਨ ਤੋਂ ਤੇ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੀ ਲਾਹੌਰ ਤੋਂ ਗ੍ਰੈਜੂਏਸ਼ਨ ਜ਼ਮੀਨ ਆਸਮਾਨ ਦਾ ਫਰਕ ਹੈ ਕਿਉਂਕਿ ਜਿ ਉਹਨਾਂ ਦੀ ਲਾਹੌਰ ਤੋਂ ਗ੍ਰੈਜੂਏਸ਼ਨ ਆ ਤੇ ਕਦੇ-ਕਦੇ ਏਦਾਂ ਲੱਗਦਾ ਹੁੰਦਾ ਕਿ ਮੈਨੂੰ ਵਾਕਈ ਪ੍ਰਕਾਸ਼ ਸਿੰਘ ਬਾਦਲ ਜ਼ਮੀਨ ਨਾਲ ਜੁੜੇ ਹੋਏ ਆ ਔਰ ਉਹਨਾਂ ਨੂੰ ਲੋਕਾਂ ਦੀਆਂ ਦਿੱਕਤਾਂ ਦੇ ਬਾਰੇ ਕਿਵੇਂ ਉਹਨਾਂ ਦੀ ਨਰਵਸ ਫਾਡੀਆਂ ਚੰਗੀ ਤਰ੍ਹਾਂ ਪਤਾ ਹੈ ਸੁਖਬੀਰ ਬਾਦਲ ਹੁਣੇ ਹੱਲੇ ਤੱਕ ਇਹ ਟਰਿਕ ਨਹੀਂ ਸਿੱਖ ਸਕੇ ਇੱਥੇ ਕੰਮ ਆਉਂਦੀ ਹੈ ਰਾਜਨੀਤਿਕ ਐਜੂਕੇਸ਼ਨ ਬਿਲਕੁਲ ਆਉਂਦੀ ਹੈ ਇੱਥੇ ਰਾਜਨੀਤਿਕ ਸੂਝ-ਬੂਝ ਕੰਮ ਕਹਿੰਦੇ ਨੇ ਇੱਕ ਹੁੰਦਾ ਪੜਿਆ ਹੋਇਆ ਇੱਕ ਹੁੰਦਾ ਅੰਦਰੋਂ ਰੜਿਆ ਹੋਇਆ ਤਾਂ ਜਿਹੜਾ ਰੜਿਆ ਹੋਇਆ ਹੈ ਉਹ ਐਕਸਪੀਰੀਅੰਸ ਆ ਤਜਰਬਾ ਹੈ ਐਕਸਪੀਰੀ ਉਹਦਾ ਕਹਿੰਦੇ ਨੇ ਕਿ ਜਿਹੜੀ ਤੀਸਰੀ ਅੱਖ ਹੈ ਨਾ ਉਹ ਐਕਸਪੀਰੀਅੰਸ ਹੀ ਹੈ ਉਹ ਤੀਸਰੀ ਅੱਖ ਖੁੱਲੀ ਹੁੰਦੀ ਆ ਦੂਜੇ ਦੇ ਮਨ ਨੂੰ ਪੜ ਲੈਂਦਾ ਦੂਜੇ ਦੇ ਦਿਮਾਗ ਨੂੰ ਪੜ ਲੈਂਦਾ ਉਹਨੂੰ ਆਉਣ ਵਾਲੀ ਗੱਲ ਦਾ ਪਹਿਲਾਂ ਹੀ ਪਤਾ ਹੁੰਦਾ ਕਿ ਇੱਧਰੋਂ ਗੱਲ ਜਾ ਰਹੀ ਹੈ ਇੱਧਰੋਂ ਗੱਲ ਜਾਣੀ ਆ ਉਹ ਉਸ ਵਕਤ ਚੁੱਪ ਰਹਿੰਦਾ ਜਦੋਂ ਚੁੱਪ ਰਹਿਣਾ ਹੁੰਦਾ ਹੈ ਉਸ ਵਕਤ ਬੋਲਦਾ ਤੇ ਉਹਨਾਂ ਹੀ ਬੋਲਦਾ ਜਦੋਂ ਬੋਲਣਾ ਹੁੰਦਾ ਬੜ 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 ਇਹ ਨਹੀਂ ਕਰਦਾ ਉਹ ਹਮੇਸ਼ਾ ਸੂਝ-ਬੂਝ ਨਾਲ ਚੱਲਦਾ ਪੜਿਆ ਹੁੰਦਾ ਇੱਕ ਹੁੰਦਾ ਜਿਹੜਾ ਅੰਦਰੋਂ ਬਹੁਤ ਗੁੱਜਿਆ ਬਹੁਤ ਅੰਦਰੋਂ ਉਹਨੇ ਆਪਣੇ ਆਪ ਨੂੰ ਕੋਖਿਆ ਹੋਇਆ ਉਹ ਇੱਕ ਸਹੀ ਬੰਦਾ ਜੋ ਨਿਤਰ ਕੇ ਸਾਹਮਣੇ ਆਏ ਉਹ ਬਹੁਤ ਜ਼ਰੂਰੀ ਹੈ ਰਾਜਨੀਤੀ ਦੇ ਵਿੱਚ ਜਿਹਨੂੰ ਤੁਸੀਂ ਕਹਿੰਦੇ ਹੋ ਪੋਲਿਟੀਕਲ ਸੈਂਸ ਰਾਜਨੀਤਿਕ ਸੂਝ-ਬੂਝ ਥੈਟ ਇਜ਼ ਮਸਟ ਤਾਂ ਜਿਹੜਾ ਬੰਦਾ ਇਦਾਂ ਤਿਆਰ ਹੈ ਉਹੀ ਤਾਂ ਆਗੂ ਹੈ ਉਹੀ ਤਾਂ ਲੀਡਰ ਸਾਨੂੰ ਚਾਹੀਦਾ ਅਸੀਂ ਸੰਯੁਕਤ ਸਮਾਜ ਮੋਰਚਾ ਵੱਲ ਕਿਉਂ ਦੇਖਦੇ ਪਏ ਆ ਕਿ ਸ਼ਾਇਦ ਇਦਾਂ ਦਾ ਲੀਡਰ ਸਾਨੂੰ ਉੱਥੋਂ ਲੱਭ ਜਾਏ ਸੋ ਇੱਕ ਗੱਲ ਇਹ ਵੀ ਚੇਤੇ ਰੱਖਣ ਵਾਲੀ ਹੈ ਕਿ ਤੁਸੀਂ ਜੋ ਲੀਡਰ ਹੋ ਜਿਵੇਂ ਆਪਾਂ ਸਿਆਸੀ ਆਗੂ ਦੀ ਗੱਲ ਕੀਤੀ ਹੈ ਕਿ ਸਾਨੂੰ ਐਸਾ ਆਗੂ ਚਾਹੀਦਾ ਜਿਹੜਾ ਇੰਨਾ ਕਾਬਿਲ ਹੋਵੇ ਜਿਵੇਂ ਆਪਾਂ ਸੰਯੁਕਤ ਸਮਾਜ ਮੋਰਚਾ ਵੱਲ ਦੇਖਦੇ ਹਾਂ ਕਿ ਸ਼ਾਇਦ ਸਾਨੂੰ ਉੱਥੋਂ ਇੱਕ ਆਗੂ ਲੱਭ ਜਾਏ ਜੋ ਪੰਜਾਬ ਦਾ ਲੀਡਰ ਬਣੇ ਪਰ ਉਹਦੇ ਵਾਸਤੇ ਸਭ ਤੋਂ ਪਹਿਲੀ ਗੱਲ ਜਿਹੜੀ ਜ਼ਰੂਰੀ ਹੈ ਪਾਸ਼ਾ ਦੀ ਮਰਿਆਦਾ ਅਸੀਂ ਦੇਖਦੇ ਹਾਂ ਕਿ ਜਦੋਂ ਦੀਆਂ ਇਲੈਕਸ਼ਨਸ ਦਾ ਸਾਰਾ ਮਾਹੌਲ ਬਣਿਆ ਕੀ ਕੀ ਸ਼ਬਦ ਇਸਤੇਮਾਲ ਹੁੰਦੇ ਨੇ ਇੱਕ ਦੂਜੇ ਵਾਸਤੇ ਕਿਸ ਹੱਦ ਤੱਕ ਚਲੇ ਜਾਂਦੇ ਨੇ ਬਿਲਕੁਲ ਪਾਸ਼ਾ ਦੀ ਕੋਈ ਮਰਿਆਦਾ ਨਹੀਂ ਇਹ ਵੀ ਨਹੀਂ ਦੇਖਦੇ ਕਿ ਰੈਲੀ ਹੋ ਰਹੀ ਹੈ ਇਹ ਵੀ ਨਹੀਂ ਦੇਖਦੇ ਕਿ ਪਬਲਿਕ ਮੀਟਿੰਗ ਹੋ ਰਹੀ ਹੈ ਪਬਲਿਕ ਦੇ ਸਾਹਮਣੇ ਕੈਮਰੇ ਦੇ ਸਾਹਮਣੇ ਕੀ ਕੁਝ ਬੋਲ ਜਾਂਦੇ ਨੇ ਬਾਅਦ ਚ ਕਹਿੰਦੇ ਨੇ ਜੀ ਅਸੀਂ ਆਪਣੇ ਸ਼ਬਦ ਵਾਪਸ ਲੈਨੇ ਕਿੱਦਾਂ ਹੁਣ ਉਹ ਮੂੰਹ ਚ ਵਾਪਸ ਪਾਓਗੇ ਉਹ ਤਾਂ ਨਿਕਲ ਗਏ ਜਦੋਂ ਤੀਰ ਕਮਾਨ ਚੋਂ ਨਿਕਲ ਗਿਆ ਤੇ ਬੋਲੀ ਤੁਹਾਡੇ ਮੂੰਹ ਚੋਂ ਨਿਕਲ ਗਈ ਉਹ ਤਾਂ ਮੁੜ ਕੇ ਨਹੀਂ ਆਉਂਦੀ ਭਾਵੇਂ ਜੋ ਮਰਜ਼ੀ ਕਹੀ ਜਾਓ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਪਬਲਿਕ ਦੇ ਸਾਹਮਣੇ ਕੈਮਰੇ ਦੇ ਸਾਹਮਣੇ ਮੀਟਿੰਗਸ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਇਹੋ ਜਿਹੀਆਂ ਗੱਲਾਂ ਕਹਿ ਜਾਂਦੇ ਨੇ ਤੇ ਕੈਮਰੇ ਦੇ ਪਿੱਛੇ ਕੀ ਕਰਦੇ ਹੋਣਗੇ ਉੱਥੇ ਪਤਾ ਨਹੀਂ ਕਿਦਾਂ ਦੀ ਭਾਸ਼ਾ ਇਸਤੇਮਾਲ ਕਰਦੇ ਹੋਣਗੇ ਤਾਂ ਐਸੇ ਬੰਦੇ ਸਾਡੇ ਆਗੂ ਹੋ ਸਕਦੇ ਨੇ ਐਸੇ ਬੰਦੇ ਸਾਡੇ ਸਾਹਮਣੇ ਰੋਲ ਮਾਡਲ ਪੇਸ਼ ਹੋ ਸਕਦੇ ਨੇ ਇਹ ਯੰਗ ਜਨਰੇਸ਼ਨ ਨੂੰ ਕੀ ਸੁਨੇਹਾ ਦੇ ਰਹੇ ਨੇ ਵੀ ਬਿਲਕੁਲ ਔਰ ਮੀਡੀਆ ਦੇ ਨਾਲ ਵੀ ਤੂੰ ਤੂੰ ਕਰਕੇ ਗੱਲਾਂ ਕਰਨੀਆਂ ਮੇਰੀ ਗੱਲ ਸੁਣ ਮੇਰੀ ਗੱਲལ་ ਧਿਆਨ ਦੇ ਧਿਆਨ ਨਾ ਦੇ ਤੂੰ ਤੜਾਕ ਕਰਨੀ ਮੀਡੀਆ ਦੇ ਨਾਲ ਜਾਂ ਹੋਰ ਵੀ ਬੰਦੇ ਦੇ ਨਾਲ ਸੋ ਇਹ ਤਾਂ ਭਲੇਖਾ ਪਾਉਂਦੇ ਨੇ ਕਿਉਂਕਿ ਇੱਕ ਰਾਜਨੀਤਿਕ ਜਿਹੜਾ ਆਗੂ ਹੈ ਉਸ ਦੀ ਭਾਸ਼ਾ ਬਹੁਤ ਮਾਇਨੇ ਰੱਖਦੀ ਹੈ ਕਿਉਂਕਿ ਉਹ ਲੋਕਾਂ ਦਾ ਨੁਮਾਇੰਦਾ ਹੁੰਦਾ ਹੈ ਔਰ ਲੋਕ ਉਸਦੀ ਗੱਲ ਨੂੰ ਧਿਆਨ ਨਾਲ ਸੁਣਦੇ ਵੀ ਨੇ ਅਗਲੀ ਖਬਰ ਦੇ ਵੱਲ ਰੁਖ ਕਰਦੇ ਆ ਦੇਵ ਤਰੀਕੇ ਵਾਲਾ ਤੇਰੇ ਢਿੱਲੇ ਤੋਂ ਸੂਰਤ ਦੀ ਦੀਆ ਹੀਰ ਦੀ ਮਾਂ ਹੁੰਦੀਏ ਮਾਂ ਦੁਨੀਆ ਵਾਲਿਓ ਅਜਿਹੇ ਮਕਬੂਲ ਗੀਤ ਲਿਖਣ ਵਾਲੇ ਕੁਲਦੀਪ ਮਾਨਕ ਨੂੰ ਕਲੀਆਂ ਦਾ ਬਾਦਸ਼ਾਹ ਬਣਾਉਣ ਵਾਲੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਜੀ ਅਤੇ ਪਾਸ਼ਾ ਦੀ ਮਰਿਆਦਾ ਤੋਂ ਅਸੀਂ ਪਾਸ਼ਾ ਦੇ ਜਾਦੂਗਰ ਵੱਲ ਆ ਗਏ ਹਾਂ ਪੰਜਾਬੀ ਮਾਂ ਬੋਲੀ ਕਿੰਨਾ ਪਿਆਰਾ ਕਿੰਨਾ ਖੂਬਸੂਰਤ ਇਸਤੇਮਾਲ ਹੈ ਦੇਵ ਜੀ ਨੇ ਕੀਤਾ ਆਪਣੀਆਂ ਸਾਰੀਆਂ ਲਿਖਤਾਂ ਦੇ ਵਿੱਚ ਤਾਂ ਆ ਹੁੰਦੀ ਹੈ ਬੋਲੀ ਕਮ ਸੇ ਕਮ ਇਹਨਾਂ ਲੀਡਰਸ ਨੂੰ ਨਾ ਲਿਟਰੇਚਰ ਜ਼ਰੂਰ ਪੜ੍ਹਨਾ ਚਾਹੀਦਾ ਤਾਂ ਕਿ ਸਾਡੀ ਪੰਜਾਬੀ ਦੀ ਖੂਬਸੂਰਤੀ ਤੁਹਾਨੂੰ ਪਤਾ ਲੱਗੇ ਗੁਰਮੁਖੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਿੰਨੀ ਖੂਬਸੂਰਤ ਹੈ ਇਹ ਸਾਡੀ ਬੋਲੀ ਹੈ ਇਹ ਸਾਡੀ ਮਰਿਆਦਾ ਹੈ ਸਾਨੂੰ ਗੁਰੂ ਸਾਹਿਬ ਦੀ ਮਰਿਆਦਾ ਦੇ ਮੁਤਾਬਿਕ ਹੀ ਗੁਰੂ ਸਾਹਿਬ ਦੀ ਬੋਲੀ ਦਾ ਇਸਤੇਮਾਲ ਕਰਨਾ ਚਾਹੀਦਾ ਆਹੀ ਅਸੀਂ ਚਾਹੁੰਦੇ ਆ ਪੰਜਾਬ ਦੇ ਲੋਕ ਤਾਂ ਦੇਵ ਜੀ ਨੂੰ ਸਾਡੇ ਵੱਲੋਂ ਸ਼ਰਧਾਂਜਲੀ ਵੀ ਹੈ ਇੰਨੀ ਖੂਬਸੂਰਤ ਉਹਨਾਂ ਦੀਆਂ ਲਿਖਤਾਂ ਨੇ ਜੋ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵੀ ਇੱਕ ਸੁਨੇਹਾ ਵੀ ਨੇ ਦੇ ਇੱਕ ਨੂੰ ਸਟੈਂਡਰਡ ਵੀ ਦਿੰਦੀਆਂ ਨੇ ਕਿ ਇਸ ਸਟੈਂਡਰਡ ਦੇ ਉੱਤੇ ਆ ਕੇ ਤੁਸੀਂ ਆਪਣੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਸਕਦੇ ਹੋ ਬਿਲਕੁਲ ਦੇਵ ਤ੍ਰੀਕੇ ਵਾਲਾ ਉਹਨਾਂ ਨੇ ਬਹੁਤ ਸਾਰਾ ਸਾਹਿਤ ਲਿਖਿਆ ਦੋ ਗਾਣਾ ਜੋੜੀਆਂ ਦੇ ਲਈ ਕਾਫੀ ਜ਼ਿਆਦਾ ਗੀਤ ਲਿਖੇ ਸੁਰਿੰਦਰ ਸਿੰਘ ਦਾਜੀ ਹਰਚਰਨ ਗਰੇਵਾਲ ਕਲਦੀਪ ਮਾਨਕ ਵਰਗੇ ਮਕਬੂਲ ਜਿਹੜੇ ਕਲਾਕਾਰ ਨੇ ਉਹਨਾਂ ਦੇ ਲਿਖੇ ਹੋਏ ਉਹ ਗੀਤ ਗਾ ਚੁੱਕੇ ਨੇ ਦਿਲ ਦਾ ਦੌਰਾ ਪੈਣ ਦੇ ਕਾਰਨ ਉਹਨਾਂ ਦਾ ਦਿਹਾਂਤ ਹੋਇਆ ਇੱਕ ਯੁੱਗ ਦਾ ਅੰਤ ਕਰ ਦਿੱਤਾ ਉਹਨਾਂ ਨੇ ਇਸ ਦੁਨੀਆ ਤੋਂ ਜਾ ਕੇ ਬਿਲਕੁਲ ਜੀ ਹਰ ਇਨਸਾਨ ਆਪਣੇ ਅੰਦਰ ਇੱਕ ਯੁਗਹੀ ਹੁੰਦਾ ਹੈ ਜਦੋਂ ਵੀ ਕੋਈ ਇਨਸਾਨ ਇਸ ਸੰਸਾਰ ਤੋਂ ਜਾਂਦਾ ਚਾਹੇ ਉਹ ਕੋਈ ਸਪੈਸ਼ਲ ਵਿਅਕਤੀਤਵ ਹੋਵੇ ਚਾਹੇ ਕੋਈ ਸਪੈਸ਼ਲ ਪਰਸਨੈਲਿਟੀ ਹੋਵੇ ਚਾਹੇ ਕੋਈ ਆਮ ਬੰਦਾ ਹੋਵੇ ਉਹ ਆਪਣੇ ਅੰਦਰ ਇੱਕ ਯੁਗਹੀ ਹੁੰਦਾ ਪੂਰਾ ਇਤਿਹਾਸ ਹੁੰਦਾ ਉਹਦੇ ਅੰਦਰ ਸਾਰੇ ਸਬਜੈਕਟਸ ਹੁੰਦੇ ਨੇ ਤਾਂ ਵਾਕਈ ਉਹਨਾਂ ਦੇ ਜਾਣ ਨਾਲ ਇੱਕ ਯੁੱਗ ਦਾ ਅੰਤ ਦਾ ਜ਼ਰੂਰ ਹੋਇਆ اور ਅਸੀਂ ਆਪਣੀ ਟੀਮ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਵੀ ਦੇਦਿਆਂ ਔਰ ਅਸੀਂ ਇਹ ਵੀ ਕਹਿੰਦੇ ਹਾਂ ਕਿ ਅਸੀਂ ਸਾਰੇ ਉਹਨਾਂ ਤੋਂ ਜਿੰਨਾ ਵੀ ਸਿੱਖ ਸਕੀਏ ਜ਼ਰੂਰ ਸਿੱਖੀਏ ਬਿਲਕੁਲ ਅੱਜ ਦੇ ਲਈ ਸਾਡੇ ਪ੍ਰੋਗਰਾਮ ਕਰੰਟ ਐ ਨਿਊਜ਼ ਐਂਡ ਵਿਊਜ਼ ਦੇ ਵਿੱਚ ਇੰਨੀ ਹੈ ਔਰ ਸਾਡਾ YouTube ਚੈਨਲ ਪੰਜਾਬ ਮੇਲ ਯੂਐਸਟੀਵੀ ਜ਼ਰੂਰ ਸਬਸਕ੍ਰਾਈਬ ਕਰੋ ਮੈਨੂੰ ਬਰਨਕਾਰ ਮਾਨ ਨੂੰ ਤੇ ਮੈਨੂੰ ਸੰਜੀਵ ਯਸ਼ਕੰਧਾ ਨੂੰ ਦੇ ਦਿਓ ਇਜਾਜ਼ਤ ਸਤ ਸ੍ਰੀ ਅਕਾਲ ਜੀ